ਸਾਰਿਆਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਆਸਰਾ ਸੰਸਥਾ ਦੇ ਵਿੱਚ ਬੈਠੇ ਹਾਂ, ਨਾਲ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਨੇ, ਨਾਲ ਸਤਪਾਲ ਚੌਧਰੀ ਜੀ ਨੇ ਪੰਜਾਬ ਪੁਲਿਸ ਤੋਂ। ਅਤੇ ਜਿਹੜੀ ਆਪਾਂ ਇੱਕ ਲੜੀ ਚਲਾਈ ਹੈ ਸਮਾਜ ਸੇਵਾ ਔਰ ਸੰਵਿਧਾਨ, ਉਹਦੇ ਤਹਿਤ ਕੁਦਰਤੀ ਇੱਕ ਸਬੱਬ ਬਣਿਆ। ਉਹ ਸਬੱਬ ਇਹ ਬਣਿਆ ਕਿ ਜਦੋਂ ਇੱਥੇ ਆਏ ਸੀ ਗੱਲਬਾਤ ਕਰਨ ਦੇ ਲਈ ਜਾਂ ਇੱਥੋਂ ਦੀ ਅਸਲ ਤਸਵੀਰ, ਅਸਲ ਹਕੀਕਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲਈ, ਤਾਂ ਸਾਡੇ ਜਿਹੜੇ ਜ਼ਿੰਮੇਵਾਰ ਪੁਲਿਸ ਅਧਿਕਾਰੀ ਨੇ, ਜਿਹੜੇ ਬਹੁਤ ਜ਼ਿਆਦਾ ਰੁਝੇਵਿਆਂ ਦੇ ਬਾਵਜੂਦ, ਕਿਉਂਕਿ ਰੁਝੇਵੇਂ ਇਸ ਵਕਤ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਆ ਉਹ ਸਿਰੇ ਦੇ ਉੱਤੇ ਪਹੁੰਚ ਚੁੱਕੀ ਹੈ, ਚੰਦ ਘੰਟੇ ਬਾਕੀ ਰਹਿ ਗਏ ਆ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋਣ ਨੂੰ, ਪਰ ਫਿਰ ਵੀ ਆਪਣੀ ਜ਼ਿੰਮੇਵਾਰੀ ਦੇ ਵਿੱਚੋਂ, ਆਪਣੀ ਡਿਊਟੀ ਦੇ ਵਿੱਚੋਂ ਇੱਕ ਉਹਨਾਂ ਨੂੰ ਬਜ਼ੁਰਗ ਮਾਤਾ ਮਿਲੀ ਹੈ, ਉਸ ਨੂੰ ਟੇਕ ਓਵਰ ਦੇਣ ਦੇ ਲਈ ਉਹ ਪ੍ਰਭ ਆਸਰਾ ਸੰਸਥਾ ਦੇ ਵਿੱਚ ਲੈ ਕੇ ਆਇਆ। ਅਤੇ ਭਾਈ ਸਾਹਿਬ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਰਹੇ ਸੀ ਕਿ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ। ਠੀਕ ਹੈ, ਉਹ ਆਪਣੀ ਜ਼ਿੰਮੇਵਾਰੀ, ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਇੱਥੋਂ ਤੱਕ ਉਹਨਾਂ ਨੇ ਪਹੁੰਚ ਕੀਤੀ। ਭਾਈ ਸਾਹਿਬ, ਇੱਕ ਬੇਸਿਕ ਜਿਹਾ ਸਵਾਲ ਹੈ, ਕਿਉਂਕਿ ਗੱਲਾਂ ਬਾਤਾਂ ਤੁਹਾਡੀਆਂ ਪਹਿਲਾਂ ਚੱਲ ਰਹੀਆਂ ਸੀਗੀਆਂ, ਉਹ ਸਵਾਲ ਇਹ ਸੀ ਕਿ ਜਿੱਦਾਂ ਸਾਡਾ ਪੁਲਿਸ ਡਿਪਾਰਟਮੈਂਟ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਫਰਜ਼ ਨਿਭਾਉਣ ਦੀ, ਚੌਧਰੀ ਸਾਹਿਬ ਆਏ, ਸਹਿਯੋਗੀ ਇਹਨਾਂ ਦੇ ਜਿਹੜੇ ਨਾਲ ਮਹਿਲਾ ਪੁਲਿਸ ਕਰਮੀ ਨੇ ਉਹ ਪਹੁੰਚੇ, ਪਰ ਕੀ ਸਰਕਾਰਾਂ ਨੂੰ ਇਹ ਨਹੀਂ ਚਾਹੀਦਾ ਜਾਂ ਵਿਭਾਗੀ ਤੌਰ ਦੇ ਉੱਤੇ ਖਾਸ ਤੌਰ 'ਤੇ ਇਹ ਨਹੀਂ ਚਾਹੀਦਾ ਕਿ ਇਹਨਾਂ ਕੋਲ ਵੀ ਇੱਦਾਂ ਦਾ ਐਕਸੈਸ ਹੋਵੇ ਕਿ ਜਿੱਦਾਂ ਤੁਸੀਂ ਗੱਡੀ ਦੀ ਗੱਲ ਕਰ ਰਹੇ ਸੀ, ਪੁਲਿਸ ਕੋਲ ਕੋਈ ਇੱਦਾਂ ਦੀ ਗੱਡੀ ਹੋਵੇ ਜਿਹਦੇ ਵਿੱਚ ਜਿਹੜਾ ਕੋਈ ਮਾਨਸਿਕ ਰੋਗੀ ਹੈ ਜਾਂ ਕੋਈ ਮਤਲਬ ਐਕਸੀਡੈਂਟ ਪੀੜਿਤ ਹੈ ਉਹਨੂੰ ਲਿਜਾਣ ਵਾਸਤੇ ਡਿਪਾਰਟਮੈਂਟ ਕੋਲ ਹੋਵੇ, ਦੂਜੀ ਗੱਲ ਇਹਨਾਂ ਕੋਲ ਵੀ ਇੱਦਾਂ ਦਾ ਐਕਸੈਸ ਹੋਵੇ, ਇਹਨਾਂ ਕੋਲ ਵੀ ਇੱਦਾਂ ਦੀ ਟੀਮ ਹੋਵੇ ਜਾਂ ਇੱਦਾਂ ਦੇ ਪਰਸਨ ਹੋਣ ਜਿਹੜੇ ਮਤਲਬ ਤੁਹਾਡੇ ਤੱਕ ਪਹੁੰਚ ਕਰਨ ਤੱਕ ਉਸ ਬੰਦੇ ਦਾ ਕੇਅਰ ਕੀਤਾ ਜਾ ਸਕੇ ਜਿਹੜਾ ਪੀੜਿਤ ਹੈ। ਮਤਲਬ ਇਹਨਾਂ ਦੀ ਤਾਂ ਕੋਈ ਗਲਤੀ ਨਹੀਂ ਹੈ ਜਿਹੜੇ ਡਿਊਟੀ ਨਿਭਾ ਰਹੇ ਹੈ। ਨਹੀਂ, ਸੰਵਿਧਾਨ ਦੇ ਮੁਤਾਬਕ ਸੰਭਾਲ ਕਿਵੇਂ ਕਰਨੀ ਹੈ ਨਾਗਰਿਕ ਦੀ, ਉਹਨੂੰ ਪ੍ਰੋਟੈਕਸ਼ਨ ਕਿਵੇਂ ਪ੍ਰੋਵਾਈਡ ਕਰਨੀ ਹੈ ਜੀ, ਇਹ ਤਾਂ ਫਿਰ ਸੰਵਿਧਾਨ ਦੇ ਜਿਹੜੇ ਰਖਵਾਲੇ ਹੈ ਉਹਨਾਂ ਦੀ ਹੀ, ਉਹਨਾਂ ਦੇ ਕੋਲ ਹੀ ਪਾਵਰ ਹੈ ਅਤੇ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੈ। ਇਹ ਤਾਂ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਹੈ ਕਿ ਇਹ ਜੋ ਕਰ ਸਕਦੇ ਸੀ ਜੀ, ਇਹਨਾਂ ਨੂੰ ਕਾਲ ਆਈ ਹੋਏਗੀ ਜੀ, ਹਜੇ ਮੈਂ ਤਾਂ ਕੇਸ ਬਾਰੇ ਜਾਣਕਾਰੀ ਪ੍ਰੋਪਰ ਲੈਣੀ ਹੈਗੀ ਹੈ, ਅਤੇ ਇਹਦੇ ਵਿੱਚ ਤਾਂ ਮੈਨੂੰ ਇੱਦਾਂ ਹੀ ਪਤਾ ਲੱਗ ਰਿਹਾ ਕਿ ਕੋਈ ਮੋਹਾਲੀ ਜ਼ਿਲ੍ਹੇ 'ਚ, ਮੋਹਾਲੀ ਸੁਹਾਣਾ ਸੁਹਾਲੇ ਦੀ ਜੁਰੀਡਿਕਸ਼ਨ ਦੇ ਵਿੱਚ ਕੋਈ ਲੇਡੀ ਦੀ ਇਹਨਾਂ ਨੂੰ ਫੋਨ ਕਾਲ ਆਈ ਹੈ ਕੋਈ ਹੈਲਪਲਾਈਨ ਦੇ ਉੱਤੇ ਜੀ, ਅਤੇ ਹੁਣ ਹੈਲਪਲਾਈਨ ਦੇ ਉੱਤੇ ਕੋਈ ਜਿਹੜੀ 112 ਹੋਣੀ ਹੈ, ਮਤਲਬ 112 ਦੇ ਉੱਤੇ ਕਾਲ ਕਰ, ਜਿਵੇਂ ਸਰਕਾਰ ਨੇ ਕਿਹਾ ਕਾਲ ਕਰੋ ਅਸੀਂ ਸੋਲਿਊਸ਼ਨ ਦੇਵਾਂਗੇ, ਕਿਵੇਂ ਦੋਗੇ ਸੋਲਿਊਸ਼ਨ ਤੁਸੀਂ? ਲਾਈਕ ਇਹਨਾਂ ਕੋਲ ਇੱਕ ਸਪੈਸ਼ਲ ਟੀਮ ਜਿਹੜੀ ਹੈ, ਡੈਜ਼ਿਗਨੇਟਿਡ ਟੀਮ ਜਿਹੜੀ ਕਿ ਜਿਸ ਤਰ੍ਹਾਂ ਦੇ ਵੀ ਸਾਡੇ ਬਜ਼ੁਰਗ ਜਾਂ ਸਾਨੂੰ ਡਿਪਰੈਸ਼ਨ 'ਚ ਗਏ ਸਾਡੇ ਨਾਗਰਿਕ ਜਿਹੜੇ ਮਿਲ ਰਹੇ ਹੈ ਸਮਾਜ ਦੇ ਵੀ, ਸਾਨੂੰ ਪਤਾ ਹੀ ਸਾਡੇ ਕੋਲ ਕੇਸ, ਜੇ ਇਸ ਮਹੀਨੇ ਦੇ ਵੀ ਅਸੀਂ ਕੇਸ ਲਾਵਾਂਗੇ ਹੁਣ 14-15 ਕੇਸ ਤਾਂ ਵੈਸੇ ਹੀ ਗਿਣ ਹੋ ਜਾਣੇ ਹਨ, ਜਿਹੜਾ ਹੁਣ ਸਾਲ ਕਦੋਂ ਕਿੰਨੇ ਕੁ ਦਿਨ ਹੋਏ ਜੀ ਬਿਲਕੁਲ, ਅਤੇ ਉਹਦੇ ਵਿੱਚ ਮਤਲਬ ਇਹਨਾਂ ਦੇ ਕੋਲ ਇੱਕ ਸਪੈਸ਼ਲ ਟੀਮ ਜਿਹੜੀ ਹੈ ਨਾ ਸਟੇਟ ਦੇ ਅਲੱਗ ਅਲੱਗ ਜਿਵੇਂ ਏਰੀਏ ਦੇ ਵਿੱਚ ਇੱਕ ਟੀਮ ਹੋਣੀ ਚਾਹੀਦੀ ਹੈ, ਉਹਨਾਂ ਦੀ ਬੈਕਗ੍ਰਾਉਂਡ 'ਤੇ ਇੱਕ ਮੈਡੀਕਲ ਜਿਹੜਾ ਬੰਦਾ ਐਕਸਪਰਟ ਹੋਣਾ ਚਾਹੀਦਾ ਹੈ, ਤਾਂ ਕਿ ਉਹਨੂੰ ਹੈਂਡਲ ਕਿੱਦਾਂ ਕਰਨਾ, ਉਹਨੂੰ ਮੌਕੇ 'ਤੇ ਫਸਟ ਏਡ ਕਿਵੇਂ ਦੇਣੀ ਹੈਗੀ ਹੈ, ਅਤੇ ਉਹਦੀ ਮੈਂਟਲ ਕੰਡੀਸ਼ਨ ਜਿੱਦਾਂ ਦੀ ਹੈਗੀ, ਬਿਹੇਵੀਅਰ ਪ੍ਰੋਬਲਮ ਹੈਗੀ, ਅਤੇ ਉਹਨੂੰ ਮੌਕੇ 'ਤੇ ਕਿਵੇਂ ਹੈਂਡਲ ਕਰਨਾ, ਇਹ ਲਾਈਕ ਸਾਰਾ ਕੁਛ ਜਿਹੜੀਆਂ ਗੌਰਮੈਂਟ ਜਿਵੇਂ ਆਪਣੇ ਲਈ ਕਰਦੀ ਹੈ ਨਾ, ਜਿਹਨਾਂ ਨੂੰ ਕਹਿੰਦੇ ਵੀ ਲਾਈਕ ਸੇਵਾ ਦਾ ਮੌਕਾ ਦਿਓ ਤਾਂ ਕਿ ਸੰਵਿਧਾਨ ਦੇ ਆਧਾਰ 'ਤੇ ਅਸੀਂ ਨਾਗਰਿਕ ਨੂੰ ਸੰਭਾਲ ਸਕੀਏ, ਵਧੀਆ ਤਰੀਕੇ ਨਾਲ ਉਹਦੀ ਲਾਈਫ ਜਿਹੜੀ ਹੈਗੀ ਹੈ ਇੱਥੇ ਉਹ ਬਿਹਤਰ ਤਰੀਕੇ ਨਾਲ ਜੀ ਸਕੇ, ਅਸੀਂ ਇੰਪਰੂਵਮੈਂਟ ਕਰਨੀ ਹੈ ਕਹਿੰਦੇ ਜੀ ਬਿਲਕੁਲ, ਪਰ ਇੰਪਰੂਵਮੈਂਟ ਕਰੋਗੇ ਤਾਂ ਤੁਸੀਂ ਤਾਂ ਜੇ ਤੁਹਾਡੇ ਦਿਮਾਗ 'ਚ ਹੋਊਗਾ ਵੀ ਇਹ ਨਾਗਰਿਕ ਹੈਗੇ ਸਾਡੇ ਬਿਲਕੁਲ, ਔਰ ਕਿੱਡੀ ਵੱਡੀ ਗਿਣਤੀ ਦੇ ਵਿੱਚ ਮਤਲਬ ਗੱਲ ਤਾਂ ਉਹੀ ਆ ਜਾਂਦੀ ਹੈ ਨਾ, ਕੋਈ ਇਹਨਾਂ ਦੀ ਵੱਖਰੀ ਕਹਾਣੀ ਥੋੜ੍ਹਾ ਹੈਗੀ ਹੈ ਜੀ, ਮਤਲਬ ਇਹ ਵੀ ਤਾਂ ਇਸ ਦੇਸ਼ ਦੇ ਵੀ ਦੇਸ਼ ਦੇ ਜਾਏ ਹੈ ਬਿਲਕੁਲ, ਅਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਚੇਤਿਆ ਹੈ? ਮੈਨੂੰ ਨਹੀਂ ਲੱਗਦਾ ਵੀ ਕਿਤੇ ਵੀ ਜਿਹੜੀਆਂ ਵੱਡੀਆਂ ਵੱਡੀਆਂ ਸਪੀਚਾਂ ਹੁੰਦੀਆਂ ਜੀ, ਅਤੇ ਉਹਦੇ ਵਿੱਚ ਕਿਤੇ ਸਾਡੇ ਦੇਸ਼ ਦੇ ਵੀ ਸਾਰੀ ਉਮਰ ਕੰਮ ਕਰਨ ਵਾਲੇ ਨਾਗਰਿਕ, ਸਾਡੇ ਸਤਿਕਾਰਯੋਗ ਬਜ਼ੁਰਗ, ਜਿਹਦੇ ਵਿੱਚ ਮੈਂ ਤੁਹਾਨੂੰ ਵਾਰ ਵਾਰ ਦੱਸਦਾ ਵੀ ਡਾਕਟਰਾਂ ਤੋਂ ਲੈ ਕੇ ਪ੍ਰੋਫੈਸਰਾਂ ਤੋਂ ਲੈ ਕੇ ਸੀਨੀਅਰ IAS ਆਫਿਸਰ ਤੋਂ ਲੈ ਕੇ ਜਿਹੜੇ ਸੜਕਾਂ 'ਤੇ ਵਿਚਾਰੇ ਆ ਜਾਂਦੇ ਆ, ਅਤੇ ਉਹਨਾਂ ਨੂੰ ਇਮੀਡੀਏਟਲੀ ਚੱਕਣਾ ਅਤੇ ਉਹਦੇ ਵਾਸਤੇ ਹੋਸਪਿਟਲ ਬਿਨਾਂ ਸ਼ਰਤ ਉਹਨਾਂ ਨੂੰ ਰਿਸੀਵ ਕਰੇ ਅਤੇ ਉਹਨੂੰ ਡਾਇਗਨੋਸ ਕਰੇ ਅਤੇ ਉਹਨੂੰ ਟ੍ਰੀਟਮੈਂਟ 'ਤੇ ਪਾਵੇ, ਅਤੇ ਫਿਰ ਸੰਬੰਧਿਤ ਮਹਿਕਮਾ ਜਿਵੇਂ ਹੁਣ ਨਾਰੀ ਮਿਲੀ ਹੈ ਇਹਨਾਂ ਦੀ ਦੇਖ ਕੇ ਅਸੈਸਮੈਂਟ ਕਰਕੇ ਨਾਰੀ ਨਿਕੇਤਨ ਦਾ ਕੇਸ ਹੈਗਾ ਤਾਂ ਫਿਰ ਉੱਥੇ ਸਾਡੀ ਹੈਲਪ ਜਿੱਥੇ ਮਰਜ਼ੀ ਲੈਣ, ਜੋ ਸਾਨੂੰ ਸੰਗਤ ਨੇ ਸਮਰੱਥਾ ਬਖਸ਼ੀ, ਸਾਡੀਆਂ 24 ਘੰਟੇ ਐਂਬੂਲੈਂਸਾਂ ਚੱਲਦੀਆਂ 24 ਘੰਟੇ ਅਸੀਂ ਮਤਲਬ ਪ੍ਰੋਵਾਈਡ, ਹੁਣ ਵੀ ਮੈਨੂੰ ਫੋਨ ਆ ਰਿਹਾ ਸੀ, ਮੈਂ ਵਿੱਚੇ ਆਇਆ, ਕਹਿੰਦਾ ਜੀ ਇਲੈਕਸ਼ਨ ਆ ਹੁਣ, ਇਲੈਕਸ਼ਨ ਦੇ ਚੱਲ ਰਹੇ ਜੀ ਜੀ, ਅੱਜ ਕਿੰਨੀ ਤਰੀਕ ਹੈ? 18 ਹਾਂਜੀ, ਬਸ ਚੰਦ ਘੰਟੇ ਆ, ਅਤੇ ਫਿਰ ਕਹਿੰਦੇ ਸਾਨੂੰ ਮਤਲਬ ਇੰਨੀਆਂ ਵੀਲਚੇਅਰ ਚਾਹੀਦੀਆਂ, ਕੋਈ ਕਹਿੰਦਾ 15 ਸਾਡੇ ਏਰੀਆ ਚਾਹੀਦੀਆਂ, ਕੋਈ ਕਹਿੰਦਾ 35 ਚਾਹੀਦੀਆਂ, ਕੋਈ ਕਹਿੰਦਾ 45 ਚਾਹੀਦੀਆਂ,
ਇਹ ਰਾਜਨੀਤਿਕ ਪਾਰਟੀਆਂ ਤੁਹਾਡੇ ਤੋਂ ਡਿਮਾਂਡ ਕਰ ਰਹੇ ਨੇ, ਦੇਣਾ ਤਾਂ ਕੀ ਹੈ? ਮਤਲਬ ਹਾਲਾਤ ਤੁਹਾਨੂੰ ਮੈਂ ਦੱਸ ਰਿਹਾ ਵੀ ਉਹ ਹੁਣ ਵੀਲ ਚੇਅਰਾਂ ਪਿੱਛੇ ਅਰੇਂਜਮੈਂਟ ਕਰਕੇ ਉਹ ਦੇਣ ਲੱਗੇ ਆ ਵੀ ਦੇਸ਼ ਦੇ ਨਾਗਰਿਕ ਨੇ ਵੋਟ ਪਾਉਣੀ ਹੈ ਤੇ ਜਿਹੜੇ ਵਿਚਾਰਿਆਂ ਦੀ ਪ੍ਰੋਬਲਮ ਹੈਗੀ ਜੀ ਬਿਲਕੁਲ ਜਾਂ ਬਜ਼ੁਰਗ ਹੈਗੇ ਉਹਨਾਂ ਲਈ ਮਤਲਬ ਉਹ ਅਰੇਂਜਮੈਂਟ ਜਿਹੜਾ ਹੈਗਾ ਵੀ ਲੋੜੀਂਦਾ ਤੇ ਉਹ ਉੱਥੇ ਉਸ ਲੈਵਲ ਤੱਕ ਵੀ ਸਾਡੇ ਦੇਸ਼ ਦੇ ਵਿੱਚ ਮਤਲਬ ਇਹ ਸਮੱਸਿਆ ਜਿਹੜੀ ਆ ਰਹੀ ਹੈ ਇਹਦੇ ਪਿੱਛੇ ਸਾਡੀ ਉਹ ਸੋਚ ਕਿ ਇਹ ਨਾਗਰਿਕ ਜਿਹੜੇ ਹੈਗੇ ਆ ਇਹਨਾਂ ਦਾ ਕੋਈ ਇਹ ਵੀ ਇਸ ਦੇਸ਼ ਦੇ ਜਾਏ ਹੈ ਇਹ ਤੁਹਾਨੂੰ ਜਿਹੜੇ ਕਿਉਂ ਨਹੀਂ ਚੇਤੇ ਆ ਇਹਦਾ ਜਵਾਬ ਜਿਹੜਾ ਜਵਾਬ ਚਾਹੀਦਾ ਉਹ ਚਾਹੀਦਾ ਹੈਗਾ ਤਾਂ ਕਿ ਇਹਨਾਂ ਦੇ ਲਈ ਲੋੜੀਂਦਾ ਪ੍ਰਬੰਧ ਹੋ ਸਕੇ ਇਨਫਰਾਸਟ੍ਰਕਚਰ ਜਿਹੜਾ ਬਣ ਸਕੇ ਇਹਨਾਂ ਦੀ ਡਿਊਟੀ ਤੇ ਹੁੰਦੀ ਹੈ ਵੀ ਇਹਨਾਂ ਨੇ ਇਨਫੋਰਮੇਸ਼ਨ ਦੇ ਦਿੱਤੀ ਚਾਹੇ ਹਸਪੀਟਲ ਜਿਹੜਾ ਇਹਨਾਂ ਕੋਲ ਇਨਫੋਰਮੇਸ਼ਨ ਆ ਗਈ ਜੀ ਬਿਲਕੁਲ ਹਸਪੀਟਲ ਲੈ ਗਏ ਹਸਪੀਟਲ ਨੇ ਜੋ ਆਪਣੀ ਡਿਊਟੀ ਕਰਨੀ ਉਹਨਾਂ ਨੂੰ ਵਿਚਾਰਿਆਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੇ ਡਿਪਾਰਟਮੈਂਟ ਨੂੰ ਕਿਹੜੇ ਡਿਪਾਰਟਮੈਂਟ ਨਾਲ ਸੰਪਰਕ ਕਰੀਏ ਮੈਂਟਲ ਕੰਡੀਸ਼ਨ ਇਹਨਾਂ ਦੀ ਮੰਨ ਲਓ ਡਿਪਰੈਸ਼ਨ ਹੈ ਜੀ ਫਿਰ ਮੈਂਟਲ ਹੈਲਥ ਐਕਟ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਮਤਲਬ ਜਿਹੜੀਆਂ ਲੀਗਲ ਸਪੋਰਟੀ ਹੈ ਜਿਹੜੀ ਵੀ ਸੰਬੰਧਿਤ ਮਹਿਕਮੇ ਹੈਗੇ ਵੀ ਉਹਨਾਂ ਨਾਲ ਸੰਪਰਕ ਕਰਨਾ ਹੈ ਤੇ ਦੂਜੀ ਗੱਲ ਹੈਗੀ ਹੈ ਜੇਕਰ ਕੋਈ ਬੱਚਾ ਹੈ ਤਾਂ ਅਸੀਂ ਕਿਹਦੇ ਨਾਲ ਸੰਪਰਕ ਕਰਨਾ ਹੈ 18 ਸਾਲ ਤੱਕ ਜੇਕਰ ਕੋਈ ਇੰਟਲੈਕਚੁਅਲ ਡਿਸਬਿਲਿਟੀ ਤੋਂ ਪੀੜਤ ਦਾ ਕਮਿਊਨਿਟੀ ਸੈਂਟਰਾਂ 'ਚ ਜਾਣੇ ਇਸ ਦੀ ਅਵੇਅਰਨੈਸ ਮੈਨੂੰ ਲੱਗਦਾ ਤੁਹਾਡੇ ਲੈਵਲ 'ਤੇ ਹੁੰਦੀ ਹੈ ਪਹਿਲਾਂ ਤੁਹਾਨੂੰ ਵੀ ਕਮਿਊਨਿਟੀ ਸੈਂਟਰ ਕਿੱਥੇ ਹੈ ਨੋਡਲ ਜਿੱਦਾਂ ਜਿਹੜੇ ਦੂਜੇ ਸਾਡੇ ਵਨ ਸਟੋਪ ਸੈਂਟਰ ਬਣੇ ਹੋਏ ਹੈ ਤੁਹਾਨੂੰ ਇਹਦੇ ਵਿੱਚ ਜਾਗਰੂਕਤਾ ਜਾਂ ਅਵੇਅਰਨੈਸ ਕੀਤੀ ਜਾਂਦੀ ਤੁਹਾਡੇ ਡਿਪਾਰਟਮੈਂਟ 'ਚ ਇਹ ਸਾਰੇ ਜਾਣੇ ਕਮਿਊਨਿਟੀ ਸੈਂਟਰ ਜਾਣੇ ਚਾਹੀਦੇ ਨਾ ਕਮਿਊਨਿਟੀ ਸੈਂਟਰ ਦੇ ਕੇਸ ਹੁੰਦੇ ਇੰਟਲੈਕਚੁਅਲ ਡਿਸਬਿਲਿਟੀ ਵਾਲੇ ਤੇ ਵਨ ਸਟੋਪ ਸੈਂਟਰ ਦੇ ਵੀ ਜਾਣੇ ਚਾਹੀਦੇ ਉਹਨਾਂ ਦੀ ਸਪੈਸ਼ਲ ਟੀਮ ਹੁੰਦੀ ਹੈ ਚੌਧਰੀ ਸਾਹਿਬ ਇੱਕ ਤਾਂ ਤੁਹਾਡਾ ਡੈਜ਼ਿਗਨੇਸ਼ਨ ਮੈਨੂੰ ਪਲੀਜ਼ ਦੱਸ ਦਿਓ ਤੇ ਤੁਹਾਡੀ ਡਿਊਟੀ ਕਿੱਥੇ ਹੈ ਜੀ ਮੈਂ ਸੋਹਾਣੇ ਪੋਸਟਰ ਹਾਂ ਪੁਲਿਸ ਸਟੇਸ਼ਨ ਸੋਹਾਣਾ ASI ਸਤਪਾਲ ਚੌਧਰੀ ਮੇਰਾ ਨਾਮ ਹੈ ਜੀ ਚੌਧਰੀ ਸਾਹਿਬ ਪ੍ਰਭ ਆਸਰਾ ਦੇ ਵਿੱਚ ਬੈਠੇ ਹਾਂ ਤੁਸੀਂ ਬਜ਼ੁਰਗ ਮਾਤਾ ਨੂੰ ਲੈ ਕੇ ਆਏ ਹੋ ਇਹ ਕਦੋਂ ਰਿਸੀਵ ਹੋਏ ਸੀ ਮਾਤਾ ਜੀ ਕਿਵੇਂ ਸੂਚਨਾ ਮਿਲੀ ਅਤੇ ਇਹਨਾਂ ਦੀ ਹਾਲਤ ਕਿੱਦਾਂ ਦੀ ਸੀ ਮਤਲਬ ਜਿੰਨੀ ਦੇਰ ਤੁਹਾਡੇ ਕੋਲ ਰਹੇ ਇਹ ਸਾਨੂੰ ਕੱਲ੍ਹ 112 ਤੋਂ ਕਾਲ ਆਈ ਸੀ ਕਿ ਇੱਕ ਲੇਡੀ ਹੈ ਜਿਹੜੀ ਔਰਤ ਹੈ ਉੱਥੇ TDI ਸੈਕਟਰ 111 ਦੇ ਸਾਹਮਣੇ ਢਾਬਾ ਬਾਬਾ ਬਖਸ਼ੀਸ਼ ਜੀ ਢਾਬਾ ਜੀ ਉਸ ਢਾਬੇ 'ਤੇ 3-2-3 ਘੰਟੇ ਤੋਂ ਬੈਠੇ ਨੇ ਉਹਨਾਂ ਨੇ ਇਤਲਾਹ ਦਿੱਤੀ ਕਿ ਇਸ ਕਰਕੇ ਇੱਥੇ ਪੁਲਿਸ ਪਾਰਟੀ ਭੇਜੋ ਮੈਂ ਬਤੌਰ ਡਿਊਟੀ ਅਫਸਰ ਸੀ ਥਾਣੇ ਅਤੇ ਇਸ ਕਰਕੇ ਮੈਂ ਮੌਕੇ 'ਤੇ ਗਿਆ ਮੌਕੇ 'ਤੇ ਜਾ ਕੇ ਮੈਂ ਦੇਖਿਆ ਇਹਨਾਂ ਨੂੰ ਅਤੇ ਆਪਣੀ ਪਾਰਟੀ ਪੁਲਿਸ ਪਾਰਟੀ ਨਾਲ ਲੈ ਕੇ ਅਤੇ ਇਹ ਇਹਨਾਂ ਨੂੰ ਬੁਲਾਉਣ ਦੀ ਅਸੀਂ ਪੁੱਛਣ ਦੀ ਐਡਰੈਸ ਵਗੈਰਾ ਕਾਫੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਵੱਲੋਂ ਉਹ ਕੋਈ ਰਿਸਪੋਂਸ ਨਹੀਂ ਸੀ ਮਿਲ ਰਿਹਾ ਇਸ ਕਰਕੇ ਫਿਰ ਅਸੀਂ ਇਹਨਾਂ ਨੂੰ ਲਿਆ ਕੇ ਆਪਣੇ ਥਾਣੇ ਦੇ ਵਿੱਚ ਕਿਉਂਕਿ ਰਾਤ ਦਾ ਟਾਈਮ 11:30 ਦਾ ਟਾਈਮ ਸੀਗਾ ਜੀ ਅਤੇ ਇੱਕ ਲੇਡੀ ਕਸਟਡ ਦੀ ਨਿਗਰਾਨੀ ਦੇ ਹੇਠ ਥਾਣੇ ਰੱਖਿਆ ਅਤੇ ਸਵੇਰੇ ਅਸੀਂ SDM ਸਾਹਿਬ ਦੇ ਪੇਸ਼ ਕਰਕੇ ਇਹਦਾ ਮੈਡੀਕਲ ਕਰਵਾ ਕੇ ਸਾਰਾ ਕੁਛ ਫਿਰ ਅਸੀਂ ਪ੍ਰਭ ਆਸਰਾ ਦੇ ਵਿੱਚ ਇਹਨਾਂ ਨੂੰ ਅੱਛਾ ਮੈਜਿਸਟਰੇਟ ਸਾਹਿਬ ਨੇ ਕਿਹਾ ਕਿ ਉੱਥੇ ਹੈਂਡਓਵਰ ਕਰ ਦਿਓ ਸਰ ਮਤਲਬ ਮੇਰੇ ਪੁੱਛਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਜਾਗਰੂਕਤਾ ਮਿਲੇ ਕਿੰਨੇ ਕੁ ਕੇਸ ਇੱਦਾਂ ਦੇ ਮਿਲਦੇ ਆ ਮਤਲਬ ਮੈਂਟਲ ਡਿਸੇਬਲ ਜਿੱਦਾਂ ਇਹ ਮਾਤਾ ਜਾਂ ਹੋਰ ਇੱਦਾਂ ਦੇ ਕੇਸ ਕਿੱਦਾਂ ਕਿੰਨੇ ਕੁ ਮਿਲਦੇ ਆ ਤੁਹਾਨੂੰ ਸਾਨੂੰ ਕਰੀਬ ਮਹੀਨੇ ਦੇ 2-4 ਕੇਸ ਤੋਂ ਮਿਲ ਹੀ ਜਾਂਦੇ ਨੇ ਅਤੇ ਜਿਹੜੀ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀਗੇ ਤੁਹਾਡੇ ਕੋਲ ਵੀ ਕੋਈ ਖਾਸ ਇੱਦਾਂ ਦੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਸਰਕਾਰ ਨੂੰ ਜਾਂ ਸਿਸਟਮ ਨੂੰ ਕੋਈ ਇੱਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਤਾਂ ਕਿ ਇਹ ਜ਼ਿੰਮੇਵਾਰੀ ਇਕੱਲੀ ਪੁਲਿਸ ਕੋਲ ਨਾ ਰਹੇ ਪੁਲਿਸ ਤੋਂ ਅੱਗੇ ਇਹ ਜ਼ਿੰਮੇਵਾਰੀਆਂ ਵੰਡੀਆਂ ਜਾਣ ਤਾਂ ਕਿ ਇਹਨਾਂ ਦੀ ਸਾਂਭ ਸੰਭਾਲ ਹੋ ਸਕੇ ਜੀ ਹੋਣਾ ਚਾਹੀਦਾ ਇੱਦਾਂ ਦਾ ਸੈਟਅਪ ਨਹੀਂ ਹੈਗਾ ਇਹ ਵਰਕ ਨਹੀਂ ਕਰਦਾ ਹੈਗਾ ਐਗਜ਼ੀਕਿਊਟ ਕਰਨਾ ਇੰਪਲੀਮੈਂਟ ਕਰਨਾ ਪ੍ਰਾਇੋਰਟੀ ਲਿਸਟ ਵਿੱਚ ਨਹੀਂ ਆਇਆ ਹੈਗਾ ਤਾਂ ਆਲਰੇਡੀ ਹੈਗਾ ਹੀ ਹੈ ਸੀਨੀਅਰ ਸਿਟੀਜ਼ਨ ਐਕਟ ਦੇ ਆਧਾਰ ਤੇ ਸੀਨੀਅਰ ਸਿਟੀਜ਼ਨ ਨੂੰ ਸਪੈਸ਼ਲ ਮੈਜਿਸਟ੍ਰੇਟ ਨੇ ਉਹਨੂੰ ਸੋਲੂਸ਼ਨ ਦੇਣਾ ਹੈ ਤੇ ਹੁਣ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ ਇਹਨਾਂ ਨੂੰ ਤੇ ਸੋਸ਼ਲ ਸਿਕਿਉਰਿਟੀ ਪ੍ਰੋਟੈਕਸ਼ਨ ਤਾਂ ਉਹਨਾਂ ਨੇ ਦੇਣੀ ਹੈ ਹੁਣ ਸੋਸ਼ਲ ਸਿਕਿਉਰਿਟੀ ਆਫੀਸਰ ਇਹ ਕਹਿੰਦੇ ਵੀ ਮਨਾਂ ਦੀ ਉਹ ਡਿਪਾਰਟਮੈਂਟ ਜਿਹੜਾ ਹੈਗਾ ਜਾਂ ਕੋਈ ਵੀ ਸਾਡੇ ਡਾਇਰੈਕਟਰ ਹੈ ਜੋ ਡਾਇਰੈਕਟਰ ਸਿਕਿਉਰਿਟੀ ਪੰਜਾਬ ਇਹਨਾਂ ਦੇ ਅੰਡਰ ਕਿੰਨੇ ਹੋਮ ਚੱਲਦੇ ਬਿਲਕੁਲ ਚੱਲਦੇ ਤੇ ਲਾਈਕ ਇਹ ਡਿਪਾਰਟਮੈਂਟ ਤਾਂ ਬਣੇ ਹੋਏ ਆ ਹੋਣਾ ਚਾਹੀਦਾ ਇਹਨਾਂ ਦੇ ਕੋਲ ਗੱਡੀ ਹੁੰਦੀ ਹੈ ਸਪੈਸ਼ਲ ਕੋਈ ਇੱਦਾਂ ਦੇ ਕੇਸਾਂ ਨੂੰ ਡੀਲ ਕਰਨ ਵਾਸਤੇ ਇੱਕ ਤਾਂ SHO ਕੋਲ ਗੱਡੀ ਹੋ ਗਈ ਨਹੀਂ ਜੀ ਸਾਡੇ ਗੱਡੀਆਂ ਤਾਂ ਅਸੀਂ ਆਪਣੀਆਂ ਯੂਜ਼ ਕਰਦੇ ਨੇ ਨਿੱਜੀ ਨਿੱਜੀ ਜਾਣਾ ਪੈਂਦਾ ਨਾ ਇੱਥੇ ਉੱਧਰ ਸਾਨੂੰ ਮਿੰਟਾਂ ਦੇ ਵਿੱਚ ਕਿਤੇ ਕਿਤੇ ਜਾਣਾ ਪੈਂਦਾ ਨਹੀਂ ਆਹ ਬੜੇ ਮੈਨੂੰ ਅਜੀਬ ਗੱਲ ਲੱਗ ਰਹੀ ਹੈ ਵੀ ਮਤਲਬ ਡਿਊਟੀ ਸਰਕਾਰ ਨੇ ਜਿਹੜੀ ਦਿੱਤੀ ਹੈ ਹੁਣ ਡਿਊਟੀ ਕਰਨ ਦੇ ਲਈ ਮਤਲਬ ਇਹਨਾਂ ਨੂੰ ਸ਼ਿਫਟ ਕਰਨਾ ਮੰਨ ਲਓ ਮੈਂਟਲ ਹੈਲਥ ਐਸਟੈਬਲਿਸ਼ਮੈਂਟ ਉਹ ਹੈਗੀ 250 ਕਿਲੋਮੀਟਰ ਦੇ ਅਤੇ ਹੁਣ ਗੱਡੀ ਫਿਰ ਕਿਹੜੀ ਲੈ ਕੇ ਜਾਊਂਗੇ ਅਸੀਂ ਤਾਂ ਆਪਣੀ ਗੱਡੀ ਯੂਜ਼ ਕਰਦੇ ਹਾਂ ਜੀ ਇਹ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਮਤਲਬ ਪੁਲਿਸ ਨੇ ਡਿਊਟੀ ਕਰ ਰਹੀ ਜਿਹੜੀ ਪੁਲਿਸ ਅਤੇ ਹੁਣ ਆਪਣੀਆਂ ਗੱਡੀਆਂ ਕਿੱਥੋਂ ਅਰੇਂਜ ਕਰੇ
ਆਪਣੀਆਂ ਗੱਡੀਆਂ ਤੇ ਮਤਲਬ ਹੁਣ ਆਰਡਰ ਤੇ ਬਣਾ ਦਿੱਤੇ, ਸੰਬੰਧਿਤ ਅਧਿਕਾਰੀ ਨੇ ਆਰਡਰ ਬਣਾ ਦਿੱਤੇ ਕਿ ਇਹਨੂੰ ਦਾਖਲ ਕਰਵਾ ਦਿਓ, ਮੰਨ ਲਓ ਹੋ ਸਕਦਾ ਮੈਂਟਲ ਹਸਪੀਟਲ ਅੰਮ੍ਰਿਤਸਰ ਦੇ ਬਣਾ ਦਿੰਦੇ। ਹਾਂ, ਮੈਂਟਲ ਹਸਪੀਟਲ ਅੰਮ੍ਰਿਤਸਰ ਹੈ, ਇੱਥੋਂ ਸਾਡੇ ਤੋਂ 200 ਕਿਲੋਮੀਟਰ ਦੇ ਵੀ ਵੱਧ ਹੁੰਦਾ। ਬਿਲਕੁਲ ਜੀ, ਹੁਣ ਮੈਂ ਇਹਨਾਂ ਦਾ ਹੱਡ ਬੀਤੀਆਂ, ਮੈਨੂੰ ਪਤਾ ਹੈ ਕਿਉਂਕਿ ਉੱਥੇ ਵੀ ਸਾਨੂੰ ਪਹਿਲਾਂ ਵੀ ਜਦੋਂ ਉਹਨੇ ਆਰਡਰ ਤੇ ਬਣਾ ਦਿੱਤੇ ਤੇ ਫਿਰ ਉੱਥੇ ਗੱਡੀ ਸਵਾਲ ਆਇਆ, ਗੱਡੀ ਦਾ ਜੋ ਸਾਡੇ ਕੋਲ ਗੱਲ ਆਈ, ਅਸੀਂ ਕਿਹਾ ਵੀ ਕੋਈ ਨਹੀਂ ਐਂਬੂਲੈਂਸ ਅਸੀਂ ਭੇਜਦੇ ਹਾਂ ਅਤੇ ਅਸੀਂ ਨਾਲ ਅਸੀਂ ਆਪਣੀ ਟੀਮ ਵੀ ਭੇਜੀ ਫਿਰ ਅਤੇ ਉਸ ਦੇ ਵਿੱਚ ਮਤਲਬ ਜਦੋਂ ਵੀ ਹੁਣ ਤੁਸੀਂ ਕੋਈ 100 ਕਿਲੋਮੀਟਰ 'ਤੇ ਕੋਈ 150 ਕਿਲੋਮੀਟਰ 'ਤੇ ਕਿਤੇ ਵੀ ਸ਼ੈਲਟਰ ਹੋਮ ਛੱਡਣ ਜਾਂਦੇ ਹੋ ਜਿੱਥੇ ਉਹ ਕਹਿੰਦੇ ਵੀ ਇਹ ਬੱਚੇ ਨੂੰ ਫਲਾਣੀ ਜਗ੍ਹਾ ਛੱਡ ਦਿਉ, ਇਸ ਲੇਡੀ ਨੂੰ ਨਾਰੀ ਨੇ ਕਿਤੇ ਜਲੰਧਰ ਛੱਡ ਦਿਉ, ਹੁਣ ਨਾਰੀ ਨੇ ਕਿਤੇ ਜਲੰਧਰ ਛੱਡਣ ਜਾਣਾ, ਤੁਹਾਡੇ ਕੋਲ ਮਤਲਬ ਕੋਈ ਲੇਡੀ ਪੁਲਿਸ ਪ੍ਰੋਪਰ ਜਾਂ ਪਿੱਛੇ ਮੈਡੀਕਲ ਬੈਕਗਰਾਊਂਡ 'ਤੇ ਜਿਹੜੇ ਕਿ ਨਾਲ ਸੇਫਲੀ ਤੁਸੀਂ ਉੱਥੇ, ਕਿਉਂਕਿ ਕਈ ਵਾਰ ਇਹ ਹੁੰਦਾ ਨਾ ਡਿਪਰੈਸ਼ਨ 'ਚ ਚਿੰਤਾਵਾਂ ਕਰਕੇ ਪਰੇਸ਼ਾਨੀਆਂ ਦੇ ਵਿੱਚ ਲੋਕ ਜਿਹੜੇ ਜਾਂਦੇ ਹੈ ਉਹਨਾਂ ਦੀ ਬਿਹੇਵੀਅਰ ਪ੍ਰੋਬਲਮ ਵੀ ਅਕਸਰ ਹੁੰਦੀ ਹੈ, ਕੋਆਪਰੇਟ ਘੱਟ ਕਰਦੇ ਹੈ। ਯੈਸ, ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਨਾ ਕੋਈ ਮੈਡੀਕਲ ਦਾ ਬੰਦਾ ਜਿਹੜਾ ਪਿੱਛੇ ਮੈਡੀਕਲ ਫੀਲਡ ਦਾ ਨਹੀਂ ਹੁੰਦਾ? ਨਹੀਂ, ਅਤੇ ਨਾ ਹੀ ਕੋਈ ਇੱਦਾਂ ਦਾ ਪ੍ਰੋਪਰ ਵਾਹੀਕਲ ਹੁੰਦਾ? ਨਹੀਂ ਕੋਈ। ਇਹ ਵਾਹੀਕਲ ਹੋਣਾ ਅਤੇ ਇੱਕ ਸਪੈਸ਼ਲ ਡੈਜੀਗਨੇਟਿਡ ਟੀਮ ਹੋਣੀ ਹੋਣੀ, ਇਹਨਾਂ ਕੋਲ ਕੰਮ ਹੁੰਦੇ ਆ, ਤੁਹਾਨੂੰ ਪਤਾ ਹੀ ਹੈ ਪੁਲਿਸ ਕੋਲ ਕਿੰਨੇ ਕੰਮ। ਬਿਲਕੁਲ ਜੀ, ਬਿਲਕੁਲ, ਬਹੁਤ ਕੰਮ। ਇਹ ਮਤਲਬ ਦੂਜੇ ਕੰਮਾਂ ਦੇ ਪ੍ਰਤੀ ਮੈਂ ਫੀਲ ਕੀਤਾ, ਜੋ ਮੈਂ ਤੁਹਾਨੂੰ ਉਹ ਦੱਸ ਰਿਹਾ ਹੈਗਾ ਇਸ ਵੇਲੇ, ਕਿ ਇਸ ਦੇ ਪ੍ਰਤੀ ਜਿਹੜੇ ਸਾਡੇ ਦੇਸ਼ ਨੂੰ ਚਲਾਉਣ ਵਾਲੇ ਆ, ਸਾਡੀਆਂ ਸਟੇਟਾਂ ਨੂੰ ਚਲਾਉਣ ਵਾਲੀਆਂ ਗਵਰਨਮੈਂਟ ਹੈਗੀਆਂ, ਇਹਦੇ ਉੱਤੇ ਗੌਰ ਕਰਨ ਕਿ ਪੁਲਿਸ ਜਿਹੜੀ ਹੈ ਇੰਨੀ ਇੰਪੋਰਟੈਂਟ ਡਿਊਟੀ ਕਰਦੀ ਹੈਗੀ ਹੈ। ਜਿਹੜੇ ਅਧਿਕਾਰੀ ਠੀਕ ਹੈ, ਸਾਰੇ ਤਰ੍ਹਾਂ ਦੇ ਹੁੰਦੇ ਆ, ਵੀ ਚੰਗੇ ਵੀ ਹੁੰਦੇ ਆ, ਕਈ ਵਿਚਾਰੇ ਇਹੋ ਜਿਹੇ ਹਾਲਾਤਾਂ 'ਚ ਫਿਰ ਇੰਨਾ ਪ੍ਰੈਸ਼ਰ ਹੁੰਦਾ, ਉਹ ਕਰਨ ਵੀ ਕੀ, ਕਰਨ ਵੀ ਕੀ, ਬਿਲਕੁਲ। ਅਤੇ ਇਸ ਕਰਕੇ ਹੈਲਪਲਾਈਨਾਂ ਬਣਾਉਣ ਦੇ ਨਾਲ ਇਹ ਮਸਲੇ ਹੱਲ ਨਹੀਂ ਹੋਇਆ ਕਰਦੇ, ਇਹਦੇ ਲਈ ਲੋੜੀਂਦੀ ਡੈਜੀਗਨੇਟਿਡ ਟੀਮ ਏਰੀਆ ਵਾਈਜ਼ ਅਤੇ ਲੋੜੀਂਦੇ ਵਾਹੀਕਲ ਅਤੇ ਨਾਲ ਪਿੱਛੇ ਮੈਡੀਕਲ ਜਿਹੜਾ ਡਿਪਾਰਟਮੈਂਟ, ਮਤਲਬ ਜਿਹੜਾ ਵੀ ਕਹਿ ਲਓ ਵੀ ਐਜੂਕੇਸ਼ਨ ਜਿਹਦੀ ਥੋੜ੍ਹੀ ਬਹੁਤੀ ਹੋਵੇ, ਮੈਂਟਲ ਹੈਲਥ ਜਾਂ ਫਿਜ਼ੀਕਲ ਹੈਲਥ ਨੂੰ ਸਮਝਦਾ ਹੋਵੇ, ਇਸ ਤਰ੍ਹਾਂ ਦਾ ਕੋਈ ਵੀ ਬੰਦਾ ਜਿਹੜਾ ਹੈਗਾ ਲੇਡੀ ਦੇ ਨਾਲ ਲੇਡੀ ਅਤੇ ਜੈਂਟਸ ਦੇ ਨਾਲ ਜੈਂਟਸ ਹੋਣਾ ਬਹੁਤ ਜ਼ਰੂਰੀ ਹੈ। ਮੈਂ ਫਿਰ ਕਹਿੰਦਾ ਵੀ ਥਾਣਿਆਂ ਦੇ ਵਿੱਚ ਵਾਹੀਕਲ ਜਿਹੜਾ ਹੈਗਾ, ਜਿਹਦੇ ਨਾਲ ਪੀੜਿਤ ਨਾਗਰਿਕ ਜਿਹਨੂੰ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ, ਜਿਹਨੂੰ ਪ੍ਰੋਟੈਕਸ਼ਨ ਚਾਹੀਦੀ ਹੈ, ਜਿਹਦਾ ਸੰਬੰਧਿਤ ਡਿਪਾਰਟਮੈਂਟ ਆਰਡਰ ਬਣਾ ਵੀ ਦਿੰਦਾ ਹੈ, ਅਤੇ ਉਸ ਤੋਂ ਬਾਅਦ ਛੱਡਣਾ ਕਿੱਦਾਂ ਉੱਥੇ, ਅਤੇ ਇਸ ਦੇ ਉੱਤੇ ਵਿਸ਼ੇਸ਼ ਜਿਹੜੀ ਹੈ ਗੌਰ ਹੋਣੀ ਚਾਹੀਦੀ ਹੈ, ਬੜਾ ਚਿੰਤਨ ਦਾ ਵਿਸ਼ਾ ਹੈ। ਆਪਣੀਆਂ ਗੱਡੀਆਂ ਲੈ ਲੈ ਕੇ ਜੇ ਜਾਣਗੇ ਅਤੇ ਇਹਨਾਂ ਦੀ ਮਜਬੂਰੀ ਬਣ ਜਾਣੀ ਹੈ, ਮੈਨੂੰ ਤਾਂ ਲੱਗਦਾ ਤੇਲ ਵੀ ਪਤਾ ਨਹੀਂ ਕਿੰਨੇ, ਹਾਂ ਕਿੰਨੀ ਕੁ ਦੇਰ ਹੈ ਨਾ, ਫਿਰ ਉਹ ਤੇਲ ਵੀ ਜਿਹੜਾ ਮੈਨੂੰ ਲੱਗਦਾ ਵੀ ਕਿੰਨਾ ਕੁ ਤੁਹਾਨੂੰ ਮਿਲਦਾ ਹੋਣਾ, ਜੇ ਹੁਣ ਤੁਹਾਡੀ ਜੁਰੀਡਿਕਸ਼ਨ ਜਿਹੜੀ ਹੈਗੀ ਹੈ ਉਹ 'ਚ ਜਿੰਨੀ ਕੁ ਪਾਪੂਲੇਸ਼ਨ ਹੈਗੀ ਹੈ, ਉਹ ਟੋਟਲ ਪਾਪੂਲੇਸ਼ਨ ਦਾ ਡਿਸਟ੍ਰਿਕਟ ਦੀ ਬਹੁਤ ਥੋੜ੍ਹੀ ਹੈ, ਅਤੇ ਉਹਦੇ ਵਿੱਚ ਇਹ 5-4 ਹੁਣ ਵੀ ਮੈਨੂੰ ਤੁਹਾਡੇ ਏਰੀਏ 'ਚ ਵੀ ਫੋਨ ਆ ਰਹੇ ਹੈ ਵੀ 3 ਮੈਂਬਰ ਜਿਹੜੇ ਹੈਗੇ ਆ ਉਹਨਾਂ ਦੇ ਵੀ ਉਹਨਾਂ ਨੂੰ ਤੁਰੰਤ ਹੈਲਪ ਦੀ ਲੋੜ ਹੈਗੀ ਹੈ। ਅਤੇ ਮਤਲਬ ਇੰਨੇ ਨਾਗਰਿਕਾਂ ਦੇ ਪ੍ਰਤੀ ਜੇ ਪਰਸਨਲ ਗੱਡੀਆਂ ਆਪਣੀਆਂ ਅਤੇ ਤੇਲ ਜਿਹੜਾ ਹੈਗਾ ਜੀ ਉਹ ਵੀ ਲੋੜੀਂਦਾ, ਇਹ ਚੀਜ਼ਾਂ ਦੇ ਪ੍ਰਤੀ ਇਹ ਆਪਣੇ ਲਾਈਕ ਸਰਕਾਰਾਂ ਨੂੰ ਸਮਝਣਾ, ਅਤੇ ਮੈਨੂੰ ਲੱਗਦਾ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਫਿਰ ਕੰਨੀ ਕਤਰਾਉਣਗੇ, ਕਿਵੇਂ ਕੰਮ ਕਰ, ਸਾਧਨ ਤਾਂ ਚਾਹੀਦੇ ਹੀ ਹੈ ਚਾਹੀਦਾ। ਅਤੇ ਇਸ ਕਰਕੇ ਜਿੱਥੇ ਉਹ ਆਪਣੇ ਲਈ ਏਡੀਆਂ ਵੱਡੀਆਂ ਵੱਡੀਆਂ ਕੋਠੀਆਂ ਅਤੇ ਆਪਣੇ ਲਈ ਵੱਡੇ ਵੱਡੇ ਸਾਧਨ ਪੈਦਾ ਕਰਦੇ ਹੈ, ਸਤਿਕਾਰਯੋਗ ਹੈ ਸਾਡੇ ਤੁਹਾਡੇ ਵੱਡੇ ਕੰਮ, ਮਤਲਬ ਤੁਹਾਨੂੰ ਵੱਡੀਆਂ ਜ਼ਿੰਮੇਵਾਰੀਆਂ ਹੈਗੀਆਂ, ਪਰ ਇਹਦਾ ਮਤਲਬ ਇਹ ਥੋੜ੍ਹਾ ਹੈਗਾ ਕਿ ਨਾਗਰਿਕ ਨੂੰ ਮਤਲਬ ਇੱਕ ਐਂਬੂਲੈਂਸ ਵੀ ਨਾ ਮਿਲੇ ਅਤੇ ਨਾਗਰਿਕ ਨੂੰ ਇੱਕ ਲੋੜੀਂਦੀ ਗੱਡੀ ਜਿਹੜੀ ਹੈਗੀ ਇਹਨੇ ਛੱਡ ਕੇ ਆਉਣਾ ਜਿੱਥੇ, ਉਹ ਵੀ ਨਾ ਮਿਲੇ ਅਤੇ ਲੋੜੀਂਦਾ ਡੀਜ਼ਲ ਪੈਟਰੋਲ ਉਹ ਵੀ ਨਾ ਮਿਲੇ, ਇਹ ਬੜੇ ਦੁੱਖ ਦੀ ਗੱਲ ਹੈ। ਜਿੰਨੀ ਦੇਰ ਤੱਕ ਲੋੜ ਨੂੰ ਸਮਝ ਕੇ ਹਰ ਇੱਕ ਡਿਪਾਰਟਮੈਂਟ ਦੇ ਲਈ ਲੋੜੀਂਦਾ ਪ੍ਰਬੰਧ ਅਤੇ ਲੋੜੀਂਦਾ ਬਜਟ ਨਹੀਂ ਬਣਾਇਆ ਜਾਂਦਾ, ਉਨੀ ਦੇਰ ਤੱਕ ਫਿਰ ਜਿਹੜੀਆਂ ਆਪਾਂ ਗੱਲਾਂ ਕਰਦੇ ਨਾ ਪਰੇਸ਼ਾਨੀਆਂ ਜੀ, ਫਿਰ ਕਹਿੰਦੇ ਵੀ ਆਹ ਚੀਜ਼ ਇੱਦਾਂ ਪੈਦਾ ਹੋ ਗਈ ਜਾਂ ਰਿਸ਼ਤਿਆਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ, ਇਹ ਸਾਰੀਆਂ ਇਹੀ ਜੜ ਬਣਦੀਆਂ ਨੇ, ਜੜ ਬਣਦੀ ਹੈ ਬਿਲਕੁਲ। ਕਿੰਨੀ ਕੁ ਦੇਰ ਤੱਕ ਉਹ ਆਪਣੇ ਪੱਲਿਓਂ ਖਰਚਾ ਕਰਨਗੇ, ਕਿੰਨੀ ਦੇਰ ਆਪਣੇ ਖਰਚਾ ਕਰਨਗੇ, ਕੰਮ ਜਿਹੜੇ ਹੈਗੇ ਇਹ ਸਾਰੇ ਮਤਲਬ ਸੰਵਿਧਾਨਿਕ ਤੌਰ 'ਤੇ ਜਾਂ ਪੋਲਿਸੀ ਦੇ ਮੁਤਾਬਕ ਸਰਕਾਰ ਕਰਦੇ ਹੈਗੇ ਹੈ, ਅਤੇ ਇਸ ਦੇ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈਗੀ ਹੈ। ਮੈਂ ਫਿਰ ਮਤਲਬ ਆਪਣੇ ਸੰਬੰਧਿਤ ਜਿਹੜੀਆਂ ਸਾਡੀਆਂ ਪਾਰਟੀਆਂ ਹੁਣ ਮੈਦਾਨ 'ਚ ਇਸ ਵੇਲੇ ਗੱਜ ਰਹੀਆਂ ਹੈ, ਅਤੇ ਉਹ ਇਸ ਉੱਤੇ ਵਿਸ਼ੇਸ਼ ਗੌਰ ਕਰਨ ਵੀ ਦੇਸ਼ ਦਾ ਨਾਗਰਿਕ ਸਟੇਟ ਦਾ ਨਾਗਰਿਕ ਇਮੀਡੀਏਟਲੀ ਜਿਹੜਾ ਕਿਵੇਂ ਸੰਭਾਲਿਆ ਜਾ ਸਕਦਾ, ਉਹਦੇ ਲਈ ਇਨਫਰਾਸਟ੍ਰਕਚਰ, ਉਹਦੇ ਲਈ ਡੈਜੀਗਨੇਟਿਡ ਟੀਮਾਂ ਅਤੇ ਲੋੜੀਂਦੇ ਪ੍ਰਬੰਧ ਜਿਹੜੇ ਉਹ ਬਹੁਤ ਜ਼ਰੂਰੀ ਹੈ, ਸਪੈਸ਼ਲ ਟੀਮ ਚਾਹੀਦੀ। ਹਾਂਜੀ ਨਮਸਕਾਰ ਜੀ, ਕੈਸੇ ਹੋ, ਠੀਕ ਹੈ? ਕਿਆ ਨਾਮ ਹੈ ਆਪਕਾ? ਕਿਆ ਨਾਮ ਹੈ ਆਪਕਾ? ਆਪਕਾ ਨਾਮ? ਉਹ ਤਾਂ ਬਹਿਨ ਜੀ ਸੇ ਬਾਤ। ਨਾਮ ਤੋ ਬਤਾ ਦੋ, ਬੋਲਣਾ ਨਹੀਂ ਹੈ ਹਮਾਰੇ ਸਾਥ। ਖਾਣਾ ਖਾਇਆ ਆਪਨੇ? ਖਾਣਾ? ਚਾਹ ਪੀਣੀ ਹੈ? ਅਬ ਕਿਆ ਪੀਣਾ ਹੈ ਬਤਾ ਦੋ। ਚਲੋ ਕੋਈ ਨਹੀਂ, ਠਹਿਰ ਕੇ ਬਤਾ ਦੇਣਾ ਹੈ, ਠੀਕ ਹੈ? ਸਾਡੇ ਕੋਲ ਹੀ ਰਹਿਣਾ ਇੱਥੇ ਹੈ, ਫਿਰ ਚਲੇਂਗੇ ਜੀ ਜਹਾਂ ਪੇ ਜਾਣਾ, ਠੀਕ ਹੈ?
ਇਹ ਆਪਾਂ ਨੂੰ ਸੋਹਾਣੇ ਕਿਹੜੀ ਜਗ੍ਹਾ ਤੋਂ ਮਿਲੇ ਜੀ? ਟੀਡੀਆਈ ਸੈਕਟਰ 111 ਮੋਹਾਲੀ। ਇਸ ਵੇਲੇ ਮਤਲਬ ਆਪਣੇ ਬਾਰੇ ਕੁਛ ਨਹੀਂ ਦੱਸ ਪਾ ਰਹੇ? ਅਤੇ ਕੋਈ ਡਿਪਰੈਸ਼ਨ ਕਰਕੇ, ਜਿਵੇਂ ਸਟ੍ਰੈਸ ਕਰਕੇ ਬੰਦਾ ਆਪਣੀ ਸੰਭਾਲ ਤੋਂ ਮੁਤਾਜ ਹੋ ਜਾਂਦਾ ਹੈ, ਬੇਬਸ ਲਾਚਾਰ ਹੋ ਜਾਂਦਾ ਹੈ? ਜ਼ਿੰਦਗੀ ਦਾ ਸਫ਼ਰ ਹੈ ਇਹਦੇ ਵਿੱਚ। ਸਾਡੇ ਕੋਲ ਇੱਥੇ ਹਿਸਟਰੀ ਦੱਸਦੀ ਹੈ ਸੰਸਥਾ ਦੀ ਕਿ ਇਹਦੇ ਵਿੱਚ ਸਾਡੇ ਬੜੇ ਉੱਚੇ ਅਹੁਦਿਆਂ 'ਤੇ ਰਹੇ ਹੋਏ ਸਾਡੇ ਦੇਸ਼ ਦੇ ਨਾਗਰਿਕ ਹਨ, ਪ੍ਰੋਫੈਸਰ ਕੀ, ਲੈਕਚਰਰ ਕੀ, ਡਾਕਟਰ ਕੀ, ਬੜੇ ਬੜੇ ਲਾਈਕ ਜਿਨ੍ਹਾਂ ਨੂੰ ਆਪਾਂ ਕਹੀਏ ਵੀ ਐਡਮਿਨਿਸਟ੍ਰੇਟਰ ਅਤੇ ਫਿਰ IAS ਆਫਿਸਰ। ਕਿਸੇ ਵੇਲੇ ਵੀ ਜ਼ਿੰਦਗੀ ਦੇ ਸਫ਼ਰ 'ਚ ਕੋਈ ਐਸੀ ਘਟਨਾ ਘਟ ਜਾਂਦੀ ਹੈ ਜਿਹਦੇ ਨਾਲ ਉਹ ਬੰਦਾ ਬੇਵਸੇ ਲਾਚਾਰ ਹੋ ਜਾਂਦਾ, ਘਰ ਦੇ ਰਸਤੇ ਭੁੱਲ ਜਾਂਦਾ। ਕਾਫ਼ੀ ਜ਼ਿਆਦਾ ਕੇਸ ਸਾਡੇ ਕੋਲ ਪਹਿਲਾਂ ਵੀ ਕਿ ਇਹ ਸੋਚ ਕੇ ਤੁਰਦੇ ਰਹੇ ਕਿ ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ ਪਰ ਘਰ ਦਾ ਰਸਤਾ ਭੁੱਲ ਗਏ, ਨਹੀਂ ਪਤਾ ਲੱਗਿਆ। ਪਹਿਲਾਂ ਵੀ ਐਸਾ ਕੇਸ ਸਾਡੇ ਕੋਲ ਪਹੁੰਚੇ ਜੀ, ਪਰ ਥੋੜ੍ਹੀ ਥੋੜ੍ਹੀ ਟ੍ਰੀਟਮੈਂਟ ਦੇ ਨਾਲ ਥੋੜ੍ਹੀ ਦੇਰ ਬਾਅਦ ਕੋਈ ਕੁਛ ਮਹੀਨੇ ਬਾਅਦ ਇੰਪਰੂਵ ਹੋਇਆ। ਕਈਆਂ ਨੇ 6-6 ਸਾਲ ਵੀ ਲੈ, ਕਈਆਂ ਨੇ 3 ਸਾਲ ਲੈ, ਕਈਆਂ ਨੇ ਹਫ਼ਤੇ ਵਿੱਚ ਵੀ ਇੰਪਰੂਵ ਹੋਏ ਹੈ। ਅਤੇ ਇਸ ਵੇਲੇ ਆਪਣੇ ਬਾਰੇ ਕੁਛ ਨਹੀਂ ਦੱਸ ਪਾ ਰਹੇ ਹਨ। ਅਤੇ ਇਹਨਾਂ ਨੂੰ ਕੋਈ ਵੀ ਸੱਜਣ ਪਹਿਚਾਣਦਾ ਹੋਵੇ ਅਤੇ ਇਹਨਾਂ ਦਾ ਕੋਈ ਰਿਸ਼ਤੇਦਾਰ, ਦੋਸਤ ਮਿੱਤਰ ਪਹਿਚਾਣਨ ਵਾਲਾ, ਉਹ ਪ੍ਰਭ ਆਸਰਾ ਸੰਸਥਾ ਕੁਰਾਲੀ, ਜਿਹੜੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਜੀ ਨੂੰ ਕਿਹਾ ਜਾਂਦਾ, ਉਹਦੇ ਵਿੱਚ ਇਹ ਖਰੜ ਕੁਰਾਲੀ ਹਾਈਵੇ 'ਤੇ ਸੰਸਥਾ ਚੱਲਦੀ ਹੈ ਅਤੇ ਇੱਥੇ ਉਹ ਕੰਟੈਕਟ ਕਰ ਸਕਦਾ ਹੈ। ਅਤੇ ਹੁਣ ਇਹਦਾ ਟ੍ਰੀਟਮੈਂਟ ਜਿਹੜਾ ਹੈਗਾ, ਬੜੀ ਜਲਦੀ ਸਾਡੇ ਕੋਲ ਪਹੁੰਚੇ ਹੈਗੇ ਹੈ ਸਾਈਕੈਟ੍ਰਿਸਟ ਜਿਹੜੇ ਸਾਡੇ ਹੈਗੇ ਹੈ, ਉਹਨਾਂ ਨੂੰ ਚੈੱਕ ਕਰਾਇਆ ਜਾਏਗਾ ਅਤੇ ਲੋੜੀਂਦੇ ਜਿਹੜੇ ਟੈਸਟ ਹੈਗੇ ਹੈ ਉਹ ਵੀ ਕਰਵਾਏ ਜਾਣਗੇ। ਅਤੇ ਆਸ ਹੈ ਵੀ ਟ੍ਰੀਟਮੈਂਟ ਦੇ ਨਾਲ ਇਹ ਜਲਦੀ ਇੰਪਰੂਵ ਹੋ ਜਾਣਗੇ। ਅਤੇ ਜਿਸ ਤਰ੍ਹਾਂ ਪਹਿਲਾਂ ਵੀ 1300 ਦੇ ਲਗਭਗ ਨਾਗਰਿਕ ਹੈ ਇੰਪਰੂਵ ਹੋ ਕੇ ਆਦਰਸਕਾਰ ਨਾਲ ਆਪਣੀ ਜ਼ਿੰਦਗੀ ਜੀਣ ਦੇ ਕੈਪੇਬਲ ਬਣੇ ਹੈ, ਅਤੇ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਜਲਦੀ ਠੀਕ ਹੋ ਕੇ ਦੁਬਾਰਾ ਫਿਰ ਆਪਣੇ ਪਰਿਵਾਰ ਨੂੰ ਮਿਲਣਗੇ ਅਤੇ ਆਪਣੇ ਪੈਰਾਂ 'ਤੇ ਜ਼ਿੰਦਗੀ ਜੀਣ ਦੇ ਕੈਪੇਬਲ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਮਿਹਨਤ ਕੀਤੀ ਅਤੇ ਤੁਹਾਨੂੰ ਪ੍ਰਸ਼ਾਸਨ ਨੇ ਜਾਂ ਮਤਲਬ ਮੈਜਿਸਟਰੇਟ ਸਾਹਿਬ ਨੇ ਕਿਹਾ ਵੀ ਇਹਨੂੰ ਪ੍ਰਭ ਆਸਰੇ ਛੱਡਣਾ। ਚਲੋ, ਇਹ ਕਿਉਂਕਿ ਲਾਈਕ ਜਿਵੇਂ ਮਹਿਸੂਸ ਹੁੰਦਾ, ਅਸੀਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਵੀ ਸਾਡੀ ਸਟੇਟਾਂ ਦੇ ਵਿੱਚ, ਸਾਡੇ ਦੇਸ਼ ਦੇ ਅਲੱਗ ਅਲੱਗ ਜਿਹੜੇ ਕਹਿ ਲਓ ਵੀ ਏਰੀਏ ਦੇ ਵਿੱਚ ਨਾ ਰੀਹੈਬਲੀਟੇਸ਼ਨ ਸੈਂਟਰਾਂ ਦੀ ਵੱਡੇ ਪੱਧਰ 'ਤੇ ਘਾਟ ਹੈ। ਅਤੇ ਮੈਂ ਵਾਰ ਵਾਰ ਰਿਕੁਐਸਟ ਕਰਦਾ ਹੁੰਦਾ ਵੀ ਡਿਪਰੈਸ਼ਨ ਰੇਟ ਬਹੁਤ ਜ਼ਿਆਦਾ ਵੱਧ ਚੁੱਕਿਆ ਹੈਗਾ ਅਤੇ ਸਭ ਤੋਂ ਵੱਡੀ ਬਿਮਾਰੀ ਦਾ ਇਹ ਰੂਪ ਧਾਰਨ ਕਰ ਚੁੱਕਿਆ ਜੀ ਹੁਣ ਜਿਹੜਾ ਡਿਪਰੈਸ਼ਨ ਹੈਗਾ। ਅਤੇ ਇਸ ਕਰਕੇ ਰੀਹੈਬਲੀਟੇਸ਼ਨ ਸੈਂਟਰ ਜਿਹੜੇ ਹੈ ਡਿਪਰੈਸ਼ਨ ਤੋਂ ਪੀੜਤ ਨਾਗਰਿਕਾਂ ਲਈ, ਇਹ ਹੁਣੇ ਲੋੜ ਅਨੁਸਾਰ ਬਹੁਤ ਜ਼ਰੂਰੀ ਹੈ। ਇਹਨਾਂ ਦੀ ਮਤਲਬ ਹਰ ਜ਼ਿਲ੍ਹੇ ਦੇ ਵਿੱਚ, ਹਰ ਏਰੀਏ ਦੇ ਵਿੱਚ ਵੱਡੇ ਪੱਧਰ 'ਤੇ ਲੋੜ ਹੈ ਤਾਂ ਜੋ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਬੜੀ ਜਲਦੀ ਜਿਹੜਾ ਉਹਨਾਂ ਨੂੰ ਮੌਕਾ ਮਿਲ ਸਕੇ ਠੀਕ ਹੋਣ ਦਾ ਅਤੇ ਉਹ ਵੀ ਆਦਰਸਕਾਰ ਨਾਲ ਆਪਣੀ ਜ਼ਿੰਦਗੀ ਜੀ ਸਕਣ। ਇਹ ਪ੍ਰੋਟੈਕਸ਼ਨ ਦੇਣੀ ਜਿਹੜੀ ਹੈ, ਇਹ ਸਾਰੀਆਂ ਪੋਲਿਸੀਜ਼ ਬਣੀਆਂ ਹੋਈਆਂ, ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈ ਸਾਡੇ, ਲੀਗਲ ਸਰਵਿਸ ਅਥਾਰਟੀ ਹੈਗੀ ਹੈ ਸਾਡੇ ਕੰਸਰਨਡ, ਹੋਰ ਡਿਪਾਰਟਮੈਂਟ ਸਾਡੇ ਮੈਜਿਸਟਰੇਟ ਸਾਹਿਬ, ਉਹ ਮਤਲਬ ਉਹ ਸਾਰੇ ਆਰਡਰ 'ਤੇ ਹੁਣ ਬਣਾ ਕੇ ਭੇਜਣਗੇ। ਕਿੱਥੇ ਹੈਲਪਲਾਈਨ ਕਰੇਗੀ ਕਿ ਜਿੰਨੀ ਦੇਰ ਤੱਕ ਲੋੜੀਂਦਾ ਇਨਫਰਾਸਟਰਕਚਰ ਨਹੀਂ ਹੋਏਗਾ ਅਤੇ ਡੈਜ਼ਿਗਨੇਟਿਡ ਟੀਮਾਂ 'ਤੇ ਲੋੜੀਂਦੇ ਪ੍ਰਬੰਧ ਨਹੀਂ ਹੋਣਗੇ, ਉਨੀ ਦੇਰ ਤੱਕ ਇਹਨਾਂ ਨੂੰ ਜਿਹੜੀ ਆਪਾਂ ਇੰਪਰੂਵਮੈਂਟ ਦਾ, ਸੰਭਾਲ ਦਾ, ਰੀਹੈਬਲੀਟੇਸ਼ਨ ਦਾ ਮੌਕਾ ਦਿਵਾਉਣਾ ਜਿਹੜਾ ਹੈਗਾ, ਉਹ ਹਵਾ 'ਚ ਗੱਲਾਂ ਕਰਨੀਆਂ ਹੀ ਹੈ, ਅੱਖਾਂ 'ਚ ਘੱਟਾ ਪਾਉਣਾ ਹੀ ਹੈ। ਇਸ ਕਰਕੇ ਜਿਹੜੀਆਂ ਸਾਡੀਆਂ ਸਤਿਕਾਰਯੋਗ ਜਿੰਨੀਆਂ ਵੀ ਰੂਲਿੰਗ ਪਾਰਟੀਜ਼ ਸਾਡੀਆਂ ਜਿਹੜੀਆਂ ਸਰਵ ਕਰਨ ਵਾਸਤੇ ਆਉਂਦੀਆਂ ਸਾਡੀਆਂ ਸਟੇਟਾਂ ਨੂੰ, ਵੀ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਨਾਗਰਿਕ ਵੱਡੀ ਗਿਣਤੀ 'ਚ ਇਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਾਡੀ ਸਾਰਿਆਂ ਦੀ ਰਲ ਮਿਲ ਕੇ ਡਿਊਟੀ ਬਣਦੀ ਹੈ ਤਾਂ ਕਿ ਆਪਾਂ ਜਿਹੜਾ ਹੈਗਾ ਇੱਕ ਵਧੀਆ ਸਮਾਜ ਜਿਹੜਾ ਹੈਗਾ ਉਹ ਸਿਰ ਸਕੀਏ ਅਤੇ ਇਹਨਾਂ ਨੂੰ ਵੀ, ਇਹਨਾਂ ਲਈ ਵੀ ਆਜ਼ਾਦੀ ਦੇ ਕੋਈ ਮਾਇਨੇ ਬਣ ਸਕਣ, ਇਹ ਵੀ ਉਹਦਾ ਨਿੱਘ ਮਾਰ ਸਕਣ ਵੀ ਆਪਣੇ ਦੇਸ਼ ਵਿੱਚ ਲਵਾਰਸ ਨਾ ਹੋਣ, ਆਪਣੀਆਂ ਸਟੇਟਾਂ 'ਚ ਲਵਾਰਸ ਨਾ ਹੋਣ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਚਾਹ ਪੀਓਗੇ ਉਹ ਮਾਈ ਦਾ ਦਰਦ, ਕਿ ਉਹਦੇ ਕੋਲ ਜਿੰਨੇ ਪੈਸੇ ਜਿਹੜੇ ਉਹਨੂੰ ਕਿਤੋਂ ਇਕੱਠੇ ਹੋਏ ਹੋਣਗੇ ਨਾ ਉਹ ਕੱਢ ਕੇ ਖੜ ਗਈ, ਕਿਉਂਕਿ ਦੁਨੀਆਂ ਹੋਈ ਹੈ, ਪੈਸਾ ਪ੍ਰਧਾਨ ਹੋ ਗਿਆ। ਤੇ ਇਹ ਦੇਖਣ ਵਾਲੀ ਗੱਲ ਹੈ ਕਿ ਆ ਦੇਖੋ ਮਾਤਾ ਵਾਰ ਵਾਰ ਐਸੇ ਮਿਲੇਗਾ ਖਾਣਾ, ਭੈਣ ਜੀ ਹੁਣ ਅੱਗੇ ਇਹਨਾਂ ਦਾ ਮਤਲਬ, ਕਿਉਂਕਿ ਆਏ ਨੂੰ ਕੁਛ ਮਿੰਟ ਹੀ ਹੋਏ ਨੇ ਇਹਨਾਂ ਨੂੰ,
ਇਹਨਾਂ ਦਾ ਕਿਵੇਂ ਹੁਣ ਅੱਗੇ ਮਤਲਬ ਤੁਹਾਡੇ ਵੱਲੋਂ ਸੇਵਾ ਸੰਭਾਲ ਕਿਵੇਂ ਹੋਊਗੀ ਉਧਰ ਕਿਉਂਕਿ ਬੀਬੀਆਂ ਵਾਲੇ ਬੈਂਕ 'ਚ ਜਾਣਗੇ ਇਹ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਹਸਪੀਟਲ ਲਿਜਾਇਆ ਜਾਏਗਾ, ਉੱਥੇ ਡਾਕਟਰ ਸਾਹਿਬ ਤੋਂ ਚੈੱਕਅਪ ਕਰਵਾਇਆ ਜਾਏਗਾ ਵੀ ਇਹਨਾਂ ਨੂੰ ਕੋਈ ਇੱਦਾਂ ਦੀ ਕੰਟੇਜੀਅਸ ਡਿਜ਼ੀਜ਼ ਜਾਂ ਕੋਈ ਇੱਦਾਂ ਦੇ ਟੈਸਟ ਕੀਤੇ ਜਾਣਗੇ ਕਿ ਇਹਨਾਂ ਨੂੰ ਸਾਰਿਆਂ ਦੇ ਵਿੱਚ ਰੱਖਣ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੈ, ਕੋਵਿਡ ਟੈਸਟ ਕਰਾਉਣ ਦੀ ਲੋੜ ਹੈ ਉਹ ਵੀ ਕਰਵਾਇਆ ਜਾਏਗਾ। ਉਸ ਤੋਂ ਬਾਅਦ ਫਰਦਰ ਜਿਵੇਂ ਡਾਕਟਰ ਇੰਸਟਰਕਸ਼ਨ ਕਰਨਗੇ ਉਹ ਫੋਲੋ ਕਰਾਂਗੇ, ਜੇ ਇਹਨਾਂ ਦੀ ਮੈਡੀਕੇਸ਼ਨਸ ਕੋਈ ਉਹ ਪ੍ਰਸਕ੍ਰਾਈਬ ਕਰਦੇ ਹੈਗੇ ਆ, ਅਤੇ ਈਵਨ ਸਾਈਕੈਟ੍ਰਿਕ ਟ੍ਰੀਟਮੈਂਟ ਵੀ ਇਹਨਾਂ ਦੇ ਨਾਲ ਨਾਲ ਸ਼ੁਰੂ ਹੋਏਗਾ। ਅਤੇ ਕੁਛ ਲੱਗ ਰਿਹਾ ਕਿ ਇਹਨਾਂ ਦੀ ਲੈਂਗੁਏਜ ਦਾ ਵੀ ਗੈਪ ਹੈਗਾ ਵੀ ਇਹ ਕਿਸੇ ਹੋਰ ਸਟੇਟ ਦੇ ਲੱਗਦੇ, ਆਪਾਂ ਅੰਡਰਸਟੈਂਡ ਪ੍ਰੋਪਰ ਨਹੀਂ ਕਰ ਪਾਵਾਂਗੇ। ਅਤੇ ਉਸ ਤੋਂ ਬਾਅਦ ਇਹਨਾਂ ਦੀ ਰੀਹੈਬਲੀਟੇਸ਼ਨ ਦੇ ਨਾਲ ਨਾਲ, ਕੇਅਰ ਦੇ ਨਾਲ ਨਾਲ, ਇਹਨਾਂ ਦੀ ਕਾਉਂਸਲਿੰਗ ਦੇ ਨਾਲ ਨਾਲ, ਇਹਨਾਂ ਲਈ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸ ਸਟੇਟ ਦਾ ਆਈਡੈਂਟੀਫਾਈ ਕਰੀਏ, ਅਤੇ ਫਿਰ ਇਹਨਾਂ ਦੀ ਸਪੋਰਟ ਵਾਸਤੇ ਉਸ ਸਟੇਟ ਦੀ ਜਿਹੜੀ ਪੁਲਿਸ ਹੈਗੀ ਆ ਉਹਨਾਂ ਤੋਂ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਵਾ ਕੇ ਇਹਨਾਂ ਦਾ ਘਰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਤੁਸੀਂ ਦੇਖਦੇ ਹੋ ਪੈਰ 'ਤੇ ਹਾਂਜੀ ਕਲਰ ਲਗਾਇਆ, ਜਿਵੇਂ ਲਗਾਉਂਦੇ ਆ ਇਹਨਾਂ ਦੀਆਂ ਕਈ ਨਾ ਸਟੇਟਸ ਵਿੱਚ, ਤੇ ਬਹੁਤ ਤਾਜ਼ਾ ਲੱਗ ਰਿਹਾ ਇਹਨਾਂ ਦਾ ਰਿਚੁਅਲ ਲੱਗਦਾ। ਹਾਂਜੀ ਇਹ ਲੱਗ ਰਿਹਾ ਕਿ ਇਹ ਮਿਸਿੰਗ ਹੈਗੇ ਆ, ਜਾਂ ਤਾਂ ਕਿਸੇ ਗਲਤ ਟ੍ਰੇਨ ਬੈਠ ਕੇ ਆ ਗਏ, ਜਾਂ ਜਿਵੇਂ ਬਾਹਰੋਂ ਸਟੇਟਸ ਤੋਂ ਇੱਥੇ ਵਰਕਿੰਗ ਪਰਸਨਸ ਆਉਂਦੇ ਹੈਗੇ ਆ ਉਹਨਾਂ ਦੇ ਨਾਲ ਆਏ ਹੋਣੇ ਆ, ਮਿਸ ਹੋ ਗਏ ਲੈਂਗੁਏਜ ਕਰਕੇ, ਇੱਕ ਵੱਡਾ ਗੈਪ ਪੈ ਜਾਂਦਾ, ਬੈਰੀਅਰ ਹੋ ਜਾਂਦਾ। ਅਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਵੀ ਜਿੰਨਾ ਜਲਦੀ ਹੋ ਸਕੇ, ਆਪ ਸਭ ਦਾ ਬਹੁਤ ਸਹਿਯੋਗ ਹੈ ਕਿ ਆਪ ਇਹਨਾਂ ਦੀ ਪਿਕਚਰ ਕਾਫੀ ਦੂਰ ਤੱਕ ਹੈ ਨਾ ਭੇਜ ਦਿੰਦੇ ਆ। ਪਹਿਲੇ ਇੱਕ ਦੋ ਦਿਨ ਮੈਨੂੰ ਖਿਆਲ 'ਚ ਔਖਾ ਵੀ ਹੁੰਦਾ ਹੋਊਗਾ ਕਿਉਂਕਿ ਜਿਸ ਤਰੀਕੇ ਦੀ ਉਹਨਾਂ ਦੀ ਮੈਂਟਲ ਕੰਡੀਸ਼ਨ ਲੱਗ ਰਹੀ ਆ ਆਪਾਂ ਨੂੰ, ਹਾਂਜੀ ਪਹਿਲਾਂ ਇੱਕ ਦੋ ਦਿਨ ਤਾਂ ਫਿਰ ਸੰਭਾਲ ਵੀ ਔਖੀ ਹੋਊਗੀ, ਚੈੱਕ ਵੀ ਬਹੁਤ ਰੱਖਣਾ ਪੈਂਦਾ ਹੋਊਗਾ। ਬਿਲਕੁਲ ਜੀ, ਇਸ ਵੇਲੇ ਤਾਂ ਬਹੁਤ ਸਿਆਣੇ ਬੜੇ ਲਾਈਕ ਨਾਰਮਲੀ ਬਿਹੇਵ ਕਰ ਰਹੇ ਹਨ, ਇਹ ਔਖਾ ਨਹੀਂ। ਅਤੇ ਬਹੁਤ ਅਲੱਗ ਅਲੱਗ ਹਾਲਾਤਾਂ ਵਾਲੇ ਸਾਡੇ ਕੋਲ ਨਾਗਰਿਕ ਪਹੁੰਚਦੇ ਹਨ ਜਿਹਨਾਂ ਦਾ ਬੱਚਿਆਂ ਦਾ ਬਿਹੇਵੀਅਰ ਬੜਾ ਐਗਰੈਸਿਵ ਅਤੇ ਹਾਈਪਰ ਹੁੰਦੇ ਆ, ਸਟ੍ਰਿਕਟਿਵ ਆਪਣੇ ਲਈ ਅਤੇ ਦੂਜਿਆਂ ਲਈ, ਉਹ ਜਿਹੜਾ ਔਖਾ ਸ਼ਬਦ ਹੈ ਨਾ ਉੱਥੇ, ਉਹਨੂੰ ਇਗਨੋਰ ਕਰਨਾ ਬਹੁਤ ਔਖਾ ਲੱਗਦਾ। ਹੁਣ ਵੀ ਗੱਲ ਇਹ ਹੋਈ ਵੀ ਇਗਨੋਰ ਕਰਨਾ ਔਖਾ ਇੱਕ, ਸੰਭਾਲਣਾ ਔਖਾ, ਕਹਿੰਦਾ ਸੰਭਾਲਣਾ ਨਹੀਂ ਔਖਾ ਹੈਗਾ, ਇਗਨੋਰ ਕਰਕੇ ਜਿਹੜਾ ਜ਼ਮੀਰ 'ਤੇ ਬੋਝ ਵੱਧਦਾ ਹੈ ਨਾ ਵੀ ਸਾਡੇ ਸਾਥੀ ਇਹਨਾਂ ਨੂੰ ਇਹ ਰੁੜਦੇ ਰਹਿਣਗੇ, ਉਹ ਜਿਹੜਾ ਔਖਾਪਣ ਹੈ ਨਾ, ਉਹ ਤਕਲੀਫ ਜਿਹੜੀ ਹੈ ਨਾ ਉਹ ਕਿਤੇ ਜ਼ਿਆਦਾ ਹੈ ਉਹ, ਇਸ ਕਰਕੇ ਉਸ ਤਕਲੀਫ ਦੇ ਸਾਹਮਣੇ ਵੀ ਨਾਗਰਿਕ ਨੂੰ ਇਸ ਤਰ੍ਹਾਂ ਦੀ ਅੱਤ ਜਿਹੜੀ ਹੈ ਲੋੜ ਦੀ ਘੜੀ ਦੇ ਵਿੱਚ ਨਜ਼ਰਅੰਦਾਜ਼ ਕਰਕੇ ਜਿਹੜੀ ਤਕਲੀਫ ਹੁੰਦੀ ਹੈ ਨਾ, ਉਹਦੇ ਮੁਕਾਬਲੇ ਤਾਂ ਸਾਰੀਆਂ ਤਕਲੀਫਾਂ ਬਹੁਤ ਛੋਟੀਆਂ ਹੁੰਦੀਆਂ। ਚਲੋ ਤੁਸੀਂ ਤਾਂ ਬਹੁਤ ਵੱਡੀ ਹੈ ਨਾ, ਜਾਂ ਸੰਗਤ ਬਹੁਤ ਵੱਡੀ ਜਿਹੜੀ ਨਜ਼ਰਅੰਦਾਜ਼ ਨਹੀਂ ਕਰਦੀ, ਪਰ ਉਹਨਾਂ ਦਾ ਕੀ ਜਿਨ੍ਹਾਂ ਦੇ ਸਿਰ ਸਾਡੀ ਜ਼ਿੰਮੇਵਾਰੀ ਦਿੱਤੀ ਹੈ, ਅਸੀਂ ਦਿੱਤੀ ਆ, ਪਰਸੋਂ ਨੂੰ ਫੇਰ ਦੇਵਾਂਗੇ ਪੰਜਾਬ ਦੀ ਦੇਣ ਲੱਗੇ ਆਪਾਂ 5 ਸਾਲਾਂ ਦੇ ਲਈ ਹੈ ਨਾ, ਜਿਹੜਾ ਵੀ ਹੋਏਗਾ ਉਹ ਤਾਂ ਫਿਰ ਨਜ਼ਰਅੰਦਾਜ਼ ਕਰਕੇ ਲੰਘ ਜਾਂਦੇ ਆ। ਇਹਨਾਂ ਨੂੰ ਤਾਂ ਛੱਡੋ ਜੀ, ਜਦੋਂ ਆਪਾਂ ਰਾਹ ਜਾਂਦੇ ਹੁੰਦੇ ਹਾਂ ਤਾਂ ਉਦੋਂ ਜਦੋਂ ਘੁੱਗੂ ਮਾਰ ਕੇ ਗੱਡੀਆਂ ਲੰਘਦੀਆਂ ਤਾਂ ਉਦੋਂ ਪਤਾ ਨਹੀਂ ਕਿੰਨਿਆਂ ਦੇ ਹਾਰਟ ਅਟੈਕ ਹੋ ਜਾਂਦੇ ਨੇ, ਬਜ਼ੁਰਗਾਂ ਦੇ ਤੁਰੇ ਜਾਂਦੇ ਹੁੰਦੇ ਜਦੋਂ ਕਾਫਲੇ ਲੰਘਦੇ ਆ, ਉਹ ਕਿਵੇਂ ਨਜ਼ਰਅੰਦਾਜ਼ ਕਰ? ਇਹ ਬੜੀ ਦਰਦ ਭਰੀ ਸਾਡੇ ਜਿਹੜਾ ਸਟੇਟ ਹੈ ਸਾਡਾ ਦੇਸ਼ ਹੈ ਨਾ, ਕਿ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਜੀ, ਜਿਨ੍ਹਾਂ ਨੇ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ, ਅਤੇ ਉਹਨਾਂ ਨੂੰ ਮਤਲਬ ਇੰਨਾ ਜ਼ਿਆਦਾ ਲਾਈਕ ਇੱਕ ਦਹਿਸ਼ਤ ਵਾਲਾ ਮਾਹੌਲ, ਇੰਨੀਆਂ ਗੱਡੀਆਂ ਅਤੇ ਇੰਨਾ ਜ਼ਿਆਦਾ ਜਿਵੇਂ ਤੁਸੀਂ ਕਹਿੰਦੇ ਹੂਟਰ ਮਾਰ ਮਾਰ ਕੇ, ਉੱਥੇ ਕੋਈ ਕਾਨੂੰਨ ਸੰਵਿਧਾਨ ਜਿਹੜਾ ਹੈਗਾ ਉੱਥੇ ਲਾਗੂ ਨਹੀਂ ਹੁੰਦਾ, ਹੋਣਾ ਚਾਹੀਦਾ। ਇਸ ਚੀਜ਼ ਨੂੰ ਘਟਾਉਣਾ ਚਾਹੀਦਾ ਹੈਗਾ, ਅਵੋਇਡ ਕਰਨਾ ਚਾਹੀਦਾ ਹੈ, ਜਿੰਨੀ ਕੁ ਲੋੜ ਹੈਗੀ ਹੈ ਉਸ ਤਰੀਕੇ ਨਾਲ ਲੋੜ ਦੇ ਆਧਾਰ 'ਤੇ, ਮਤਲਬ ਇਹਨਾਂ ਕੋਲ ਸਿਕਿਉਰਿਟੀ ਜਿਹੜੀ ਹੈ ਲੋੜ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਔਰ ਉਹਦਾ ਬਿਹੇਵੀਅਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਅਸੀਂ ਆਪਣੇ ਸੇਵਾਦਾਰ ਸਰਵ ਕਰਨ ਚੱਲੇ ਹਾਂ, ਔਰ ਇਹ ਸਾਡੇ ਦੇਸ਼ ਦੇ ਨਾਗਰਿਕ, ਸਾਡੇ ਦੇਸ਼ ਦੇ ਮਾਲਿਕ, ਸਾਡੀ ਸਟੇਟ ਦੇ ਮਾਲਿਕ, ਅਤੇ ਅਸੀਂ ਇਹਨਾਂ ਦੇ ਸੇਵਾਦਾਰ। ਸੇਵਾਦਾਰਾਂ ਵਾਲਾ ਐਟੀਟਿਊਡ ਜਿੱਦਣ ਹੋਏਗਾ ਉੱਦਣ ਸਮਾਜ ਜਿਹੜਾ ਸੰਵਿਧਾਨ ਦੇ ਆਧਾਰ 'ਤੇ ਸਮਾਜ ਸੰਭਾਲਿਆ ਜਾਊਗਾ, ਨਹੀਂ ਤਾਂ ਫਿਰ ਬਹੁਤ ਵੱਡਾ ਕੁਐਸਚਨ ਮਾਰਕ ਹੈ ਕਿ ਵਾਕਈ ਸੰਵਿਧਾਨ ਦੀਆਂ ਕਸਮਾਂ ਖਾ ਕੇ ਸੰਵਿਧਾਨ ਦੇ ਆਧਾਰ 'ਤੇ ਸਰਵ ਹੋ ਰਿਹਾ ਹੈ, ਜਾਂ ਮਤਲਬ ਇਹ ਕੀ ਹੋ ਰਿਹਾ ਸਾਰਾ ਕੁਛ। ਇਸ ਦਾ ਜਵਾਬ ਜਿਹੜਾ ਹੈਗਾ ਉਨੀ ਦੇਰ ਤੱਕ ਮਤਲਬ ਸੰਗਤ ਉਡੀਕਦੀ ਹੈ ਕਿ ਲਾਈਕ ਦੇਸ਼ 'ਤੇ ਵੀ ਸਾਨੂੰ ਜਨਮ ਦਿੱਤਾ ਪਰਮਾਤਮਾ ਨੇ, ਪਰ ਸਾਨੂੰ ਸਰਵ ਕਰਨ ਵਾਲਿਆਂ ਨੇ ਸਾਨੂੰ ਇੰਨਾ ਨਜ਼ਰਅੰਦਾਜ਼ ਕਰ ਦਿੱਤਾ, ਲੰਘਣਾ ਸੀ ਉਹਨਾਂ ਨੇ ਲੰਘ ਜਾਂਦੇ ਤੇ ਬਲਕਿ ਉਹਨਾਂ ਨੂੰ ਤਾਂ ਸਿਰ ਝੁਕਾ ਕੇ ਲੰਘਣਾ ਚਾਹੀਦਾ ਵੀ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਸਾਡੇ ਜਿਹਨਾਂ ਦੀ ਅਸੀਂ ਸੇਵਾ ਕਰਨੀ ਹੈਗੀ ਹੈ। ਤੇ ਮਾਲਕ ਹੈਗੀ ਇਸ ਤੇ ਬਹੁਤ ਵੱਡੀ ਦਿੱਕਤ ਆ ਜਾਂਦੀ ਹੈ, ਜਿਵੇਂ ਹੁਣ ਕਾਫਲੇ ਰੈਗੂਲਰ ਹੀ ਜਾ ਰਹੇ ਹੈਗੇ ਆ ਜੀ, ਕਿਸੇ ਐਂਬੂਲੈਂਸ ਨੂੰ ਵੀ ਉੱਥੇ ਸਟਕ ਹੋਣਾ ਪੈ ਰਿਹਾ, ਈਵਨ ਕਿ ਜਿੰਨੇ ਐਮਰਜੈਂਸੀ ਡਾਕਟਰ ਨੇ ਕਿਤੇ ਪਹੁੰਚਣਾ, ਕੱਲ ਸਾਡੇ ਕੋਲ ਐਮਰਜੈਂਸੀ ਡਾਕਟਰ ਨੇ ਚਾਈਲਡ ਸਪੈਸ਼ਲਿਸਟ ਨੂੰ ਬੁਲਾਇਆ ਗਿਆ, ਲੇਕਿਨ 1.5 ਘੰਟਾ ਉਹ ਸੜਕਾਂ 'ਤੇ ਫਸੇ ਹੋਏ ਆ।
जे ये सियाने होण इन्हां नूं पता है असी सिस्टम बनाना है ते उसनूं चलाना है, एक्ट बने हुए हैं ते एक स्ट्रीमलाइन ले लैण, एक साइड ले लैण रोड दी ते बाकी आम पब्लिक लई खोल देण। जे जाना है उस लाइन दे विच जाण, एक इंस्ट्रक्शंस पहला प्रॉपर होनियां चाहीदियां, उहनूं इंप्लीमेंटेशन लई पुलिस दी पूरी हैल्प सपोर्ट होनी चाहीदी आ, तां कि तुसीं इक सिस्टम ना विगाड़ो। ਇਹ ਬਹੁਤ ਵੱਡੀ ਤਰਾਸ਼ਦੀ ਹੈਗੀ ਹੈ ਕਿ ਇਹ ਸਮਝਣ ਨੂੰ ਉਹ ਤਿਆਰ ਹੀ ਨਹੀਂ ਹੈ। ਜੇ ਆਪਾਂ ਫੋਰਨ ਕੰਟਰੀ 'ਚ ਵੀ ਚੱਲ ਜਾਈਏ, ਚਾਹੇ ਜਿੰਨਾ ਮਰਜ਼ੀ ਟ੍ਰੈਫਿਕ ਹੈਗਾ, ਬਟ ਦੇਅਰ ਇਜ਼ ਅ ਲੇਨ ਫੋਰ ਐਂਬੂਲੈਂਸ, ਹੈ ਨਾ, ਫੋਰ ਪੁਲਿਸ, ਤਾਂ ਕਿ ਉਹ ਜਿਹੜੀਆਂ ਸਰਵਿਸਿਜ਼ ਐਮਰਜੈਂਸੀ 'ਚ ਹੈਗੀਆਂ ਉਹ ਪ੍ਰੋਵਾਈਡ ਕਰ ਸਕਣ। ਇੱਥੇ ਇਨਸਾਨ, ਕਿਸੇ ਦਾ ਹਾਰਟ ਅਟੈਕ ਹੋ ਗਿਆ, ਕਿਸੇ ਨੂੰ ਰਸਤੇ 'ਚ ਐਕਸੀਡੈਂਟ ਹੋ ਗਿਆ, ਤੁਸੀਂ ਉਹਦੇ ਤੱਕ ਪਹੁੰਚ ਹੀ ਨਹੀਂ ਸਕਦੇ। 15 ਤੋਂ 20 ਮਿੰਟ, ਅੱਧਾ ਘੰਟਾ ਤਾਂ ਮਿਨੀਮਮ ਹੈਗਾ ਕਿ ਤੁਸੀਂ ਉੱਥੇ ਪਹੁੰਚ ਸਕੋ। ਜੇ ਇੰਨੀਆਂ ਸਰਵਿਸਿਜ਼ ਅਸੀਂ ਫਾਸਟ ਕਰ ਦਈਏ, ਇਨਸਾਨ ਮਰਨ ਹੀ ਨਾ, ਰੁਲਣ ਹੀ ਨਾ। ਇਹ ਸਵਾਲ ਬਹੁਤ ਮਹੱਤਵਪੂਰਨ ਹੈ ਪਿਆਰੇ ਦਰਸ਼ਕੋ, ਔਰ ਇਸ ਸਵਾਲ ਨਾਲ ਤੁਹਾਨੂੰ ਛੱਡ ਚੱਲਾਂਗੇ। ਉਹਦਾ ਕਾਰਨ ਕੀ ਹੈ? ਕਾਰਨ ਇਹ ਆ ਕਿ ਇਸ ਸਿਸਟਮ ਨੂੰ ਬਣਾਉਣ ਵਾਲੇ ਸਾਡੇ ਸਿਸਟਮ ਦੇ ਜਿਹੜੇ ਘਾੜੇ ਹੈ, ਉਹ ਘਾੜੇ ਹੀ ਜਦੋਂ ਹਵਾ ਦੇ ਘੋੜਿਆਂ 'ਤੇ ਸਵਾਰ ਹੋਣ ਤਾਂ ਫਿਰ ਉਹਨਾਂ ਨੂੰ ਥੱਲੇ ਕੁਛ ਨਜ਼ਰ ਨਹੀਂ ਆਉਂਦਾ, ਨਾਗਰਿਕ ਨਜ਼ਰ ਨਹੀਂ ਆਉਂਦੇ। ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਸਮਝਣਾ ਤਾਂ ਉਹਨਾਂ ਨੂੰ ਇਹ ਚਾਹੀਦਾ, ਡੀਸੈਂਟ ਵੇ ਨਾਲ ਇਹ ਸਮਝਣਾ ਚਾਹੀਦਾ ਕਿ ਉਹ ਸੇਵਾਦਾਰ ਨੇ ਅਤੇ ਜਿਹੜੀ ਜਨਤਾ ਹੈ ਜਾਂ ਜਿਹੜੇ ਨਾਗਰਿਕ ਨੇ, ਉਹ ਨਾਗਰਿਕ ਉਹਨਾਂ ਨੂੰ ਮੌਕਾ ਦੇਣ ਵਾਲੇ ਮਾਲਕ ਨੇ, ਪਰ ਉਹ ਉਲਟ ਰਿਹਾ। ਦੂਸਰੀ ਮਹੱਤਵਪੂਰਨ ਗੱਲ ਜਿਹੜੀ ਭੈਣ ਜੀ ਨੇ ਕਹੀ ਕਿ ਡਾਕਟਰ 1.5 ਘੰਟਾ ਲੇਟ ਆਇਆ, ਕਿਉਂ? ਕਿਉਂਕਿ ਸੜਕਾਂ ਦੇ ਉੱਤੇ ਚੱਲ ਰਹੇ ਰਾਜਨੀਤਿਕ ਲੋਕਾਂ ਦੇ ਵੱਡੇ ਵੱਡੇ ਕਾਫਲਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਆਪਣੀ ਜਾਨ ਅਜਾਈਂ ਗਵਾ ਬੈਠਦੇ ਆ। ਕਿਸੇ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਸਮੱਸਿਆ ਆਈ, ਇਹ ਸਾਰਾ ਕੁਝ ਸਾਡੇ ਸੰਵਿਧਾਨਿਕ ਦਾਇਰਿਆਂ ਦੇ ਵਿੱਚ ਆਉਂਦਾ, ਇਹ ਸੇਵਾ ਦੇ ਵਿੱਚ ਵੀ ਆਉਂਦਾ, ਇਹ ਸੰਵਿਧਾਨਿਕ ਦਾਇਰਿਆਂ ਦੇ ਸਵਾਲਾਂ ਦੇ ਵਿੱਚ ਵੀ ਆਉਂਦਾ। ਇਹਨਾਂ ਸਵਾਲਾਂ ਦੇ ਸਿਲਸਿਲੇ ਨੂੰ ਜੋੜਦੇ ਰਹਾਂਗੇ ਪ੍ਰਭ ਆਸਰਾ ਸੰਸਥਾ ਦੇ ਵਿੱਚ। ਹੋਰ ਤਸਵੀਰਾਂ ਜਿਹੜੀਆਂ ਸੱਚੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਸਵਾਲ ਜ਼ਰੂਰ ਚੱਕਦੇ ਰਹਾਂਗੇ ਕਿ ਸਮਾਜ ਸੇਵਾ ਅਤੇ ਸੰਵਿਧਾਨ, ਇਹ ਸਾਰੀਆਂ ਕੜੀਆਂ ਅਸਲ ਦੇ ਵਿੱਚ ਸੱਚ ਔਰ ਸਹੀ ਕਿੱਦਣ ਹੋਣਗੀਆਂ ਸੰਵਿਧਾਨ ਦੇ ਸਹੀ ਅਰਥਾਂ ਔਰ ਸਹੀ ਮਾਇਨਿਆਂ ਦੇ ਰੂਪ ਦੇ ਵਿੱਚ। ਸਤਿ ਸ਼੍ਰੀ ਅਕਾਲ।